ਜਿਨ੍ਹਾਂ ਖਜ਼ਾਨਿਆਂ 'ਚੋਂ ਮੈਂ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟ ਕਦੂਰ ਕਰਨੇ ਜੀ, ਨਾਮ ਦਾਨ ਦੀਆਂ ਦਾਤਾਂ ਬਖਸ਼ ਕੇ ਨਵਾਜਣਾ ਸਹੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਰੈਡੀ ਜੀ, ਰੈਡੀ ਰੋਲ ਕੈਮਰਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਸਾਰੀ ਸਾਡੀ ਟੀਮ ਉਮੀਦ ਕਰਦੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਡਾ ਟ੍ਰੇਲਰ ਬਹੁਤ ਵਧੀਆ ਲੱਗਿਆ ਹੋਊਗਾ, ਕਿਉਂਕਿ ਇਸ ਟ੍ਰੇਲਰ ਬਣਾਉਣ 'ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਆ। ਹਰ ਇੱਕ ਬੰਦੇ ਨੇ ਮਤਲਬ ਬਹੁਤ ਜ਼ਿਆਦਾ ਮਿਹਨਤ ਕੀਤੀ ਆ। ਮੈਂ ਸਰ ਦੀ ਗੱਲ ਕਰਾਂ ਤਾਂ, ਹਾਂਜੀ ਉੱਚੀ ਬੋਲਾਂ ਉੱਚੀ ਬੋਲਾਂ, ਨੇੜੇ ਰੈਡੀ, ਮੈਂ ਨੇੜੇ ਨਾਲ ਸੀ। ਚਲੋ ਰੈਡੀ ਰੈਡੀ ਹੋ ਕੈਮਰਾ, ਠੀਕ ਬਈ ਆ ਜਾਓ ਕਰਨ ਜੀ ਆ ਜਾਓ। ਹਾਂ ਚਲੋ ਇੱਥੋਂ ਹੱਥ ਪਿੱਛੇ ਕਰੋ ਮੇਰੇ, ਬਸ ਚਲੋ ਜੀ ਰੈਡੀ। ਮੈਂ ਬਹੁਤ ਬੋਲ ਰਿਹਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਟ੍ਰੇਲਰ ਬਹੁਤ ਵਧੀਆ ਲੱਗਿਆ ਹੋਊਗਾ, ਕਿਉਂਕਿ ਸਾਡੀ ਸਾਰੀ ਟੀਮ ਦੀ ਬਹੁਤ ਜ਼ਿਆਦਾ ਮਿਹਨਤ ਲੱਗੀ ਆ। ਜਦੋਂ ਇੱਕ ਪੀਰੀਅਡ ਫਿਲਮ ਬਣਾਉਣੀ ਹੁੰਦੀ ਆ ਅਤੇ ਦੂਜੀ ਫਿਲਮ ਨਾਲੋਂ ਉਸ ਫਿਲਮ 'ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ, ਅਤੇ ਹਰ ਇੱਕ ਬੰਦੇ ਨੇ ਆਪਣਾ 100% ਦਿੱਤਾ। ਮੈਂ ਸਰ ਦੀ ਗੱਲ ਕਰਾਂ ਤਾਂ ਸਰ ਦਾ ਜਦੋਂ ਉਹਨਾਂ ਨੇ ਡਾਇਲੋਗ ਬੋਲਿਆ ਵਾ ਕਿ ਰੱਬ ਰੱਬ ਰੱਬ, ਹੈ ਨਾ ਜੀ, ਉਦੋਂ ਸਰ ਦਾ BP ਬਹੁਤ ਜ਼ਿਆਦਾ ਉੱਪਰ ਸੀ, ਬਹੁਤ ਜ਼ਿਆਦਾ ਬਿਮਾਰ ਸੀ ਸਰ, ਅਤੇ ਡਾਕਟਰ ਨੇ ਕਿਹਾ ਕਿ ਤੁਸੀਂ ਇਹ ਸ਼ੂਟ ਨਾ ਕਰੋ। ਅਤੇ ਮੈਂ ਵੀ ਸਰ ਕੋਲ ਗਿਆ, ਮੈਂ ਸਰ ਆਪਾਂ ਰਹਿਣ ਦਿੰਦੇ ਜੀ ਅੱਜ, ਪਰ ਸਰ ਨੇ ਕਿਹਾ ਕਹਿੰਦੇ ਕਿ ਨਾ, ਕਹਿੰਦੇ ਪੁੱਤ ਬਣ ਕੇ ਤੂੰ ਟੇਕ ਰੈਡੀ ਕਰ, ਠੀਕ ਹੈ ਜੀ, ਸ਼ੋਟ ਰੈਡੀ ਕਰ। ਮੈਂ ਆ ਗਿਆ ਅਤੇ ਸਰ ਬਹੁਤ ਜ਼ਿਆਦਾ ਬਿਮਾਰ ਸੀ, ਪਰ ਕਹਿੰਦੇ ਕਿ ਨਹੀਂ ਮੈਂ ਸੈੱਟ ਤੋਂ ਜਾਊਂਗਾ ਨਹੀਂ, ਮੈਂ ਸ਼ੂਟ ਕਰਕੇ ਹੀ ਜਾਊਂਗਾ। ਅਤੇ ਡਾਕਟਰ ਦੇ ਵਾਰ ਵਾਰ ਮਨ੍ਹਾ ਕਰਨ ਤੋਂ ਬਾਅਦ ਵੀ ਸਰ ਨੇ ਪੂਰਾ ਸੀਨ ਕੀਤਾ, ਔਰ ਪੂਰਾ ਮਤਲਬ ਹਾਈ ਪਿੱਚ ਵਾਲਾ ਸੀਨ ਸੀ, ਅਤੇ ਸ਼ੋਟ ਕਰਦੇ ਸੀ ਦੋ ਵਾਰ ਮਤਲਬ ਡਿੱਗ ਵੀ ਪਏ ਅਤੇ ਫਿਰ ਖੜ੍ਹੇ ਹੋ ਜਾਂਦੇ, ਕਹਿੰਦੇ ਨਹੀਂ ਮੈਂ ਕਰਕੇ ਜਾਊਂਗਾ। ਅਤੇ ਇਹ ਸਾਰਿਆਂ ਦੇ ਮਤਲਬ ਸਰ ਨੇ ਇੰਨੀ ਮਿਹਨਤ ਕੀਤੀ ਇਸ ਫਿਲਮ ਵਾਸਤੇ, ਅਤੇ ਤੁਹਾਨੂੰ ਉਹ ਟ੍ਰੇਲਰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ। ਅਤੇ ਹਰ ਇੱਕ ਬੰਦੇ ਨੇ, ਰੂਪੀ ਜੀ ਨੇ, ਹੈ ਨਾ ਜੀ, ਇਹਨਾਂ ਨੇ ਬਹੁਤ ਮਿਹਨਤ ਕੀਤੀ ਆ। ਮਤਲਬ ਜਦੋਂ ਖਿੱਚਣਾ ਪੈਂਦਾ ਸੀ ਰੇਹੜੀ, ਮਤਲਬ ਨਿਸ਼ਾਨ ਪੈ ਗਏ, ਚੀਜ਼ਾਂ ਪੈ ਗਈਆਂ, ਪਰ ਹਰ ਇੱਕ ਬੰਦੇ ਨੇ ਆਪਣਾ 100% ਦਿੱਤਾ ਅਤੇ ਉਹਦੇ ਬਦੌਲਤ ਅਤੇ ਆਹ ਪ੍ਰੋਜੈਕਟ ਬਣਿਆ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਪਿਆਰ ਦਿਓਗੇ। ਥੈਂਕ ਯੂ ਸੋ ਮਚ। ਮੈਂ ਬੋਲਾਂ ਕਿ ਤੁਸੀਂ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਵਾਰੀ ਸ਼ਬਦ ਨਹੀਂ ਹੁੰਦੇ ਕਿ ਕਿਸੇ ਚੀਜ਼ ਨੂੰ ਬਿਆਨ ਕਿਵੇਂ ਕੀਤਾ ਜਾਏ। ਬੜੀ ਰੀਝ ਸੀ ਮੇਰੀ ਜ਼ਿੰਦਗੀ ਦੇ ਵਿੱਚ, ਸ਼ਾਇਦ ਮੈਂ ਐਕਟ੍ਰੈਸ ਕਰਕੇ ਬਣਿਆ ਕਿਉਂਕਿ ਮੈਂ ਮੁਗਲ ਆਜ਼ਮ ਫਿਲਮ 1000 ਵਾਰ ਦੇਖੀ ਹੈ, ਔਰ ਮੈਂ ਉਹਦੇ ਸਾਰੇ ਡਾਇਲੋਗ ਮੈਨੂੰ ਚੇਤੇ, ਅਤੇ ਮੈਂ ਘਰੇ ਵੀ ਐਂ ਕਰਦਾ ਰਹਿੰਦਾ,
ਆਪਣੀ ਘਰਵਾਲੀ ਨਾਲ ਵੀ, ਮਾਂ ਨਾਲ ਵੀ, ਬਾਪੂ ਜੀ ਨਾਲ ਵੀ, ਉਹ ਕਦੇ ਤੈਨੂੰ ਹੋਇਆ ਕੀ ਇਹ, ਮੈਂ ਇਹ ਹੈ ਅਕਬਰ, ਉਹ ਸਾਰੀਆਂ ਗੱਲਾਂ ਕਦੇ ਮੈਂ ਇਸ ਤਰ੍ਹਾਂ ਬਣਾਂਗਾ ਕਰਾਂਗਾ। ਬੜੀਆਂ ਫਿਲਮਾਂ ਆਈਆਂ ਚਲੀ ਗਈਆਂ, ਬੜੀ ਰੱਬ ਨੇ ਕਿਰਪਾ ਕੀਤੀ, ਬੜੀ ਅਪਾਰ ਕਿਰਪਾ ਉਸ ਮਾਲਕ ਮਹਾਰਾਜ ਦੀ ਹੋਈ ਹੈ। ਅਮਰ ਹੁੰਦਲ ਜੀ ਜਿਹੜੀ ਪ੍ਰੋਟੋਕਾਲ ਆ, ਮੈਂ ਇਸ ਕਰਕੇ ਕਹਿ ਰਿਹਾ, ਇਹੋ ਜਿਹੇ ਹੀਰੇ ਕਦੇ ਕਦੇ ਆਉਂਦੇ ਆ। ਬਹੁਤ ਡਾਇਰੈਕਟਰਾਂ ਨਾਲ ਮੈਂ ਕੰਮ ਕੀਤਾ, ਬਹੁਤ ਪ੍ਰੋਡਿਊਸਰਾਂ ਨਾਲ ਕੰਮ ਕੀਤਾ, ਬਹੁਤ ਸਾਰੀਆਂ ਫਿਲਮਾਂ ਮਹਾਰਾਜ ਦਾ 52-53 ਸਾਲ ਇੰਡਸਟਰੀ 'ਚ। ਲੇਕਿਨ ਇੱਕ ਮੁਗਲਿਆ ਜੋ ਹਮੇਸ਼ਾ ਦਿਮਾਗ 'ਚ ਰਹਿੰਦੀ ਸੀ। ਇਸ ਤੋਂ ਪਹਿਲਾਂ ਫਿਲਮ ਕੀਤੀ ਅਮਰ ਹੁੰਦਲ ਜੀ ਨਾਲ, ਕਿਉਂਕਿ ਮੇਰੇ ਵਨ ਆਫ ਦੀ ਫੇਵਰੇਟ ਡਾਇਰੈਕਟਰਸ ਨੇ, ਔਰ ਬਲਜੀਤ ਦਿਓ ਸਾਹਿਬ, ਸਾਡੇ DOP ਸਾਹਿਬ ਮਨਕਾਣਾ ਜੀ, ਐਸੀ ਕਮਾਲ ਦੀ ਟੀਮ ਹੈ। ਮੈਂ ਇਹਨਾਂ ਨੂੰ ਇੱਕ ਖਿਤਾਬ ਦਿੱਤਾ ਸੀ, ਮੈਂ ਕਿਹਾ ਹਾਲੀਵੁੱਡ ਦੀ ਟੀਮ ਹੈ ਸਾਰੀ ਦੀ ਸਾਰੀ, ਇਹਨਾਂ ਦਾ ਟੇਕਿੰਗ ਦੀ ਗੱਲ ਹੈ। ਅਤੇ ਜਦ ਉਹ ਪਿਕਚਰ ਦੀ ਮੈਂ ਗੱਲ ਕਰਨਾ ਨਹੀਂ ਚਾਹੁੰਦਾ, ਲੇਕਿਨ ਫਿਲਮ ਬੱਬਰ ਸੀ ਜਿਹਦੇ ਵਿੱਚ ਮੈਨੂੰ ਲੱਗਿਆ ਕਿ ਮੈਂ ਕਿਤੇ ਨਾ ਕਿਤੇ ਜਾ ਕੇ ਅਮਰ ਹੁੰਦਲ ਜੀ ਦਾ ਕੰਮ ਜ਼ਰੂਰ ਕਰੂੰਗਾ, ਕਿਉਂਕਿ ਚਾਹਨਾ ਹੁੰਦੀ ਤੁਹਾਡੇ ਦਿਲ ਦੇ ਵਿੱਚ ਵੀ ਕਿਸੇ ਦਾ ਕੰਮ ਕਰਨਾ। ਮੇਰੇ ਕੋਲ ਸਬਜੈਕਟ ਆਇਆ, ਮੈਨੂੰ ਕਹਾਣੀ ਸੁਣਾਈ, ਅਤੇ ਮੈਂ ਕਿਹਾ ਵੀ ਆਪਾਂ ਸ਼ੂਟਿੰਗ ਛੇਤੀ ਕਰੋ। ਮੇਰੀ ਰੀਝ ਰੱਬ ਨੇ ਹੁਣ ਪੂਰੀ ਕੀਤੀ, ਔਰ ਜਦ ਵੀ ਮੈਂ ਫਸਟ ਡੇ ਫਿਲਮ 'ਤੇ ਗਿਆ ਸੀ, ਥੋੜ੍ਹਾ ਜਿਹਾ ਮੈਂ ਲੇਟ ਹੋ ਗਿਆ, ਸਰ ਨੇ ਬੜੀ ਡਾਂਟ ਲਾਈ ਮੈਨੂੰ, ਲਾਉਣੀ ਵੀ ਚਾਹੀਦੀ ਸੀ ਕਿਉਂਕਿ ਪਹਿਲਾ ਦਿਨ ਸੀ, ਸਮਝ ਨਹੀਂ ਸੀ ਆ ਰਹੀ ਮੈਂ ਕੀ ਕਰਾਂ। ਬੇਸਿਕਲੀ 2-3 ਘੰਟੇ ਸਵੇਰੇ ਇਸ ਕਰਕੇ ਗੁਜ਼ਰ ਗਏ ਕਿ ਨਹੀਂ ਸੀ ਪਤਾ ਲੱਗ ਰਿਹਾ ਮੈਂ ਜਾ ਕੇ ਕਰੂੰਗਾ ਕੀ। ਅਕਸਰ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਸੀ। ਪਰ ਜੇ ਸੈੱਟ 'ਤੇ ਗਏ, ਫਿਲਮ ਬਣ ਰਹੀ ਸੀ, ਤਾਂ ਉਦੋਂ ਮੈਂ ਅਮਰ ਜੀ ਨੂੰ ਕਿਹਾ ਸੀਗਾ, ਬਲਜੀਤ ਜੀ ਨੂੰ ਵੀ ਕਿਹਾ, ਮੈਂ ਜੱਫੀ ਪਾ ਲੈਂਦੇ, ਮੈਨੂੰ ਕਹਿੰਦੇ ਬੱਬਰ ਸ਼ੇਰਾ ਤੂੰ, ਮੈਂ ਘੋੜੇ ਤੋਂ 2-3 ਵਾਰੀ ਡਿੱਗਿਆ, ਮੈਂ ਫਿਰ ਚੜ ਕੇ ਛੋੜ ਦੇ, ਅਤੇ ਬਿਮਾਰ ਸੀ, ਜੋ ਵੀ ਸਰ ਨੇ ਦੱਸਿਆ ਬਹੁਤ ਕੁਛ ਹੋਇਆ, ਮੈਂ ਕਿਹਾ ਮਰ ਜਾਣਾ ਮਜ਼ਬੂਰ ਆ। ਲੇਕਿਨ ਪ੍ਰੋਡਿਊਸਰਾਂ ਦੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉੱਧਰ ਵੀ ਇੱਧਰ ਮੈਂ ਬਹੁਤ ਬਿਮਾਰ ਸੀ, ਗੱਲ ਕਰ ਰਹੀ ਸੀ, ਮੈਂ ਕਿਹਾ ਰੱਬਾ ਮੈਨੂੰ ਆਹ ਫਿਲਮ ਕੰਪਲੀਟ ਕਰ ਲੈਂਦੇ ਫਿਰ ਲੈ ਜੀ। ਇਸ ਤਰ੍ਹਾਂ ਹੀ ਦਰਨੈਲ ਜੀ ਮੇਰੇ ਨਾਲ ਸੀ, ਜਾਂ ਸੱਜਣ ਸਿੰਘ ਰਿਕਰੂਟ ਕਰ ਰਹੇ ਸੀ, ਬੜੇ ਬਿਮਾਰ, ਬੁਰਾ ਹਾਲ। ਉਦੋਂ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ, ਮੈਂ ਕਹਿੰਦਾ ਨਹੀਂ ਬਾਪੂ ਮਰ ਸਕਦਾ, ਇਹ ਕੰਮ ਨਹੀਂ ਰੁਕ ਸਕਦਾ। ਸੋ ਇਹ ਵੀ ਰੱਬ ਦੀ ਰਹਿਮਤ ਹੈ, ਕਿਰਪਾ ਹੈ, ਸਕਾਲ ਪੁਰਖ ਦਾਤਾਰ ਪਿਤਾ ਦੀ, ਬਾਬਾ ਦੀਪ ਸਿੰਘ ਦੀ ਰਹਿਮਤ ਹੈ। ਲੇਕਿਨ ਆਹ ਫਿਲਮ ਬਣ ਕੇ ਜਦ ਮੈਂ ਡੱਬਿੰਗ ਕਰਕੇ ਆਇਆ, ਅਤੇ ਮੈਨੂੰ ਨਾ, ਮੈਂ ਮਹਾਰਾਜ ਅੱਗੇ ਅਰਦਾਸ ਕੀਤੀ, ਮਹਾਰਾਜ ਤੋਂ ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ, ਤੇ ਉਹ ਬਹੁਤ ਕੁਝ ਦਿੱਤਾ। ਮੇਰੀ ਔਕਾਤ ਨਹੀਂ ਸੀ ਇੰਨੀ ਕਿ ਦੋ ਜੋ ਕੁਛ ਤੂੰ ਮੈਨੂੰ ਦੇਤਾ ਅਤੇ ਬਣਾਤਾ, ਪਰ ਆਹ ਜੋ ਤੂੰ ਪਰਮਾਤਮਾ ਕਰਾਤਾ ਨਾ, ਮੇਰੀ ਅੱਖਾਂ 'ਚੋਂ ਨੀਰ ਰੋਜ਼ ਹੀ ਬਹਿੰਦਾ, ਅੱਜ ਵੀ ਮੈਂ ਅਰਦਾਸ ਕਰਕੇ ਆਇਆ। ਮੇਰੇ ਵਾਸਤੇ ਇਹ 52 ਸਾਲ ਦੀ ਜਿਹੜੀ ਜਰਨੀ ਹੈ, ਕਹਿੰਦਾ ਬੰਦਾ 100 ਟੈਸਟ ਮੈਚ ਖੇਡ ਜੇ ਤਾਂ ਉਹਦੀ ਰੀਝ ਪੂਰੀ ਹੋ ਜਾਂਦੀ ਹੈ, ਜੇ 20 ਸਾਲ ਇੰਡੀਆ ਵਾਸਤੇ ਖੇਡੇ ਤਾਂ ਰੀਝ ਪੂਰੀ ਹੋ ਜਾਂਦੀ ਹੈ, ਲੈਜੈਂਡ ਬਣ ਜਾਂਦਾ। ਮੈਨੂੰ ਮਹਿਸੂਸ ਹੋਇਆ ਕਿ ਅੱਜ ਰੱਬ ਨੇ ਮੇਰਾ ਸਾਰਾ ਜਿਹੜਾ 52-53 ਸਾਲ ਦਾ ਰਸ ਸੀ ਨਿਚੋੜ ਕੇ ਇੱਕ ਬੰਦੇ 'ਚ ਪਾਇਆ, ਜਿਹਦਾ ਨਾਂ ਦੁਨੀ ਚੰਦ ਰੱਖਿਆ ਗਿਆ। ਮੈਂ ਟ੍ਰੇਲਰ ਦੇਖਿਆ, ਮੈਂ ਹੈਂਗਓਵਰ ਤੋਂ ਉੱਤਰ ਨਹੀਂ ਪਾ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਇਹ ਇੱਕ ਬਣਿਆ ਕੀ ਅਤੇ ਹੋਇਆ ਕੀ। ਮੇਰੀ ਬਹੁਤ ਸੋਚ ਤੋਂ ਵੱਧ ਕੇ ਇਹ ਚੀਜ਼ ਹੋਈ ਹੈ, ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਤੋਂ ਵੱਡੀ ਫਿਲਮ ਪੰਜਾਬੀ ਫਿਲਮ ਇੰਡਸਟਰੀ 'ਚ ਅੱਜ ਤੱਕ ਨਹੀਂ ਬਣੀ, ਅਤੇ ਨਾ ਹੀ ਕਦੇ ਸ਼ਾਇਦ ਬਣ ਸਕੇ, ਕਿਉਂਕਿ ਜੇ ਇਸ ਤੋਂ ਉੱਤੇ ਕੋਈ ਚੀਜ਼ ਬਣਾਉਣੀ ਪਊਗੀ ਫਿਰ ਅਮਰ ਹੁੰਦਲ ਜੀ ਨੂੰ ਅਤੇ ਸਾਰੇ ਡਾਇਰੈਕਟਰ ਨੂੰ ਬੜੀ ਮਿਹਨਤ ਕਰਨੀ ਪਊਗੀ। ਮੇਰੇ ਲਈ ਇਹ ਮੁਗਲਿਆਜ਼ਮ ਪੰਜਾਬੀ ਫਿਲਮ ਦੀ ਹੈ, ਅਤੇ ਸ਼ੁਕਰਗੁਜ਼ਾਰ ਹਾਂ ਅਮਰ, ਥੈਂਕ ਯੂ ਸੋ ਮੱਚ, ਤੁਹਾਡੇ ਚਰਨਾਂ 'ਚ ਪ੍ਰਣਾਮ ਹੈ ਸਾਰਿਆਂ ਦੇ। ਮੈਂ ਦਿਲ ਕਰਦਾ ਮੱਥਾ ਟੇਕਦਾ ਤੁਹਾਨੂੰ, ਟੇਕਦਾ ਵੀ ਹਾਂ। ਮੈਂ ਕਦੇ ਵੀ ਜ਼ਿੰਦਗੀ 'ਚ ਨਹੀਂ ਸੀ ਸੋਚਿਆ, ਕਦੇ ਵੀ ਮੈਂ ਰਿਹਾ ਜੀ ਸਾਹਿਬ, ਜਰਨੈਲ ਭਾਜੀ ਬਹੁਤ ਦੇਰ ਤੋਂ ਮੈਨੂੰ ਜਾਣਦੇ, ਮੈਂ ਨਾ ਸ਼ਾਇਦ ਹੁਣ ਵੀ ਰੋ ਪਾਂ, ਮੇਰੀ ਰੱਬ ਨੇ ਸਾਰਿਆਂ ਨੇ ਮਿਲ ਕੇ ਮੇਰੀ ਰੀਝ ਪੂਰੀ ਕੀਤੀ ਹੈ, ਇਸ ਤੋਂ ਉੱਤੇ ਮੈਨੂੰ ਕੁਛ ਨਹੀਂ ਚਾਹੀਦਾ।
ਇਹ ਪੰਜਾਬੀ ਫਿਲਮ ਇੰਡਸਟਰੀ ਇਸ ਫਿਲਮ ਤੋਂ ਬਾਅਦ ਜਿੱਥੇ ਚਲੀ ਗਈ ਹੈ ਅਤੇ ਜਾਊਗੀ, ਮੈਂ ਸਮਝਦਾ ਉਸ ਤੋਂ ਉੱਤੇ ਤਾਂ ਫਿਰ ਮਹਾਰਾਜ ਹੀ ਹੈ। ਸੋ ਰੱਬ ਸਾਰਿਆਂ ਨੂੰ ਰਜਨੀ ਬਿਟੀਆ ਹੈ, ਇਹਨੂੰ ਦੇਖ ਕੇ ਐਂ ਲੱਗਦਾ ਇਹ ਕਿਤੇ ਪਿਛਲੇ ਜਨਮ ਦੀ ਧੀ ਹੈ ਮੇਰੀ। ਅਸੀਂ ਜਦ ਵੀ ਸੈੱਟ 'ਤੇ ਮਿਲਦੇ ਇਹਦੇ ਇਹਨੂੰ ਦੇਖਦਾ ਅਤੇ ਮੈਂ ਕਿਹਾ ਵਾਕਈ ਇਹ ਉਹ ਰਜਨੀ ਸੀ ਜਿਹੜੀ ਦੁਬਾਰਾ ਜਨਮ ਲੈ ਕੇ ਅਤੇ ਰੂਪ 'ਚ ਆਈ ਹੈ। ਔਰ ਜੋ ਉਹਨੇ ਕਿਰਦਾਰ ਨਿਭਾਇਆ, ਜੋ ਉਹਨੇ ਕੀਤਾ, ਜਰਨੈਲ ਭਾਅ ਜੀ ਸਾਰਿਆਂ ਨੇ, ਕਿਉਂਕਿ ਜਦ ਤੁਹਾਡਾ ਤਕੜਾ ਕੈਪਟਨ ਹੋਵੇ ਨਾ ਫਿਰ ਵਰਲਡ ਕੱਪ ਬੰਦਾ ਜਿੱਤਦਾ ਅਤੇ ਮੈਂ ਸਮਝਦਾ ਮੇਰੇ ਬੰਦੇ ਨੇ ਵਰਲਡ ਕੱਪ ਜਿੱਤ ਲਿਆ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ, ਮੈਂ ਜਵਾਬ ਵੀ ਦੇ ਵੀ ਦਊਂਗਾ ਵੀਰੋ। ਅੱਛਾ, ਮੈਂ ਨਾ ਪਹਿਲਾਂ ਗੱਤਕਾ ਖੇਡਦਾ ਹੁੰਦਾ ਸੀਗਾ ਅਤੇ ਅਸੀਂ ਇੱਕ ਪ੍ਰੋਗਰਾਮ ਕਰਨ ਗਏ ਅਤੇ ਸਾਨੂੰ ਨਾ ਕਿਸੇ ਨੇ ਸਟੇਜ 'ਤੇ ਇਹ ਕਹਿ ਕੇ ਰੀਪ੍ਰਜੈਂਟ ਕੀਤਾ ਕਿ ਨਾ ਉਹ ਵੀ ਆਰ ਗੋਇੰਗ ਟੂ ਸ਼ੋਅ ਯੂ ਵਨ ਆਫ ਦਾ ਬਿਊਟੀਫੁਲ ਡਾਂਸ ਆਫ ਪੰਜਾਬ, ਭੰਗੜਾ, ਫੋਕ ਡਾਂਸ ਆਫ ਪੰਜਾਬ। ਅਸੀਂ ਪਾਏ ਹੋਏ ਚੋਲੇ, ਅਸੀਂ ਚੋਲੇ ਪਾ ਕੇ ਖੜ੍ਹੇ ਅਤੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਵਟਸ ਦਾ ਡਿਫਰੈਂਸ ਬਿਟਵੀਨ ਭੰਗੜਾ ਐਂਡ ਗੱਤਕਾ। ਦਿੱਲੀ ਸ਼ੋਅ ਸੀ ਅੰਬੈਸੀ ਦੇ ਵਿੱਚ, ਸਾਨੂੰ ਉੱਦਮ ਲੋੜ ਮਹਿਸੂਸ ਹੋਈ ਕਿ ਇਕੱਲੇ ਕੱਪੜੇ ਪਾ ਕੇ ਅਸੀਂ ਪੰਜਾਬੀ ਹਾਂ, ਉਹਨਾਂ ਨੂੰ ਬਾਣੇ ਅਤੇ ਤੁਰਲੇ ਵਾਲੀਆਂ ਪੱਗਾਂ ਦੇ ਵਿੱਚ ਡਿਫਰੈਂਸ ਨਹੀਂ ਪਤਾ। ਸੋ ਅਸੀਂ ਗੱਲ ਪੜ੍ਹਦੇ ਹੁੰਦੇ ਸੀਗੇ, ਫਿਰ ਕਮੈਂਟਰੀ ਕਰਨੀ ਸ਼ੁਰੂ ਕੀਤੀ, ਪਹਿਲਾਂ ਵੀ ਅਸੀਂ ਪਰਫੋਰਮ ਕੀ ਕਰਨ ਲੱਗੇ ਤੁਹਾਡੇ ਅੱਗੇ। ਸੋ ਉਹਦੇ ਵਿੱਚ ਇੱਕ ਗੱਲ ਆਉਂਦੀ ਹੁੰਦੀ ਸੀ ਪੰਜਾਬ ਬਾਰੇ, ਆ ਲੈਂਡ ਹੂ ਯੂਜ਼ ਟੂ ਗਿਵ ਦਾ ਬਰਥ ਦਾ ਲਾਇਨ ਹਾਰਟਡ ਹਿਊਮਨਸ ਹੂ ਯੂਜ਼ ਟੂ ਸੈਕਰੀਫਾਈਸ ਹਿਜ਼ ਲਾਈਫ ਫੋਰ ਦਾ ਗੁੱਡ ਵਿਲ ਆਫ ਆਲ ਦਾ ਹਿਊਮੈਨਿਟੀ ਹੁੰਦੇ ਸਰ। ਅਤੇ ਜਦੋਂ ਇਹ ਲਾਈਨ ਪੜ੍ਹਦੇ ਹੁੰਦੇ ਸੀ ਅਤੇ ਮੇਰੇ ਉਸਤਾਦ ਜੀ ਨਾਲ ਹੁੰਦੇ ਸੀਗੇ ਅਤੇ ਮੇਰੀਆਂ ਅੱਖਾਂ ਦੇ ਸਾਹਮਣੇ ਭਾਅ ਜੀ ਦਾ ਚਿਹਰਾ ਹੁੰਦਾ ਸੀ ਵੀ ਜਦੋਂ ਕਿਤੇ ਪੰਜਾਬ ਦੇ ਸ਼ੇਰ ਦੀ ਗੱਲ ਆਉਣੀ ਹੈ ਤਾਂ ਸਰਦਾਰ ਯੋਗਰਾਜ ਸਿੰਘ ਜੀ ਦਾ ਨਾਂ ਆਉਣਾ। ਸੋ ਇੱਕ ਪਲੀਜ਼ ਇੱਕ ਤਾੜੀ ਅਸੀਂ ਭਾਅ ਜੀ ਨਾਲ ਮੰਚ ਸ਼ੇਅਰ ਕਰਨ ਲਈ, ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਆ ਵੀ ਭਾਅ ਜੀ ਦੇ ਨਾਲ ਅਸੀਂ ਬਹਿਨੇ ਬਹਿ ਕੇ ਇਹਨਾਂ ਨਾਲ ਅਸੀਂ ਸਟੇਜ ਸਾਂਝੀ ਕੀਤੀ। ਸਕਰੀਨ 'ਤੇ ਕਰ ਹੀ ਰਹੇ ਹਾਂ, ਅੱਜ ਇੱਥੇ ਵੀ ਬੈਠੇ ਹਾਂ। ਔਰ ਦੂਸਰੀ ਜਿਹੜੀ ਤਾੜੀ ਆ, ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਪ੍ਰੋਡਿਊਸਰ ਕਰਨ ਜੀ ਵਾਸਤੇ ਹੋਣੀ ਚਾਹੀਦੀ ਆ, ਜਿਨ੍ਹਾਂ ਨੇ ਇਸ ਟੌਪਿਕ ਨੂੰ ਚੁਣਿਆ ਔਰ ਇੱਕ ਦਿਨ ਦੀ ਫਿਲਮ ਬਣਾਉਣੀ। ਫਿਲਮ ਤਾਂ ਬਣ ਗਈ ਆ, ਫਿਲਮ ਤਾਂ ਬਣ ਗਈ ਆ, ਜਿਹੜੀ ਟੀਮ ਇਹਨਾਂ ਨੇ ਚੂਜ਼ ਕੀਤੀ ਆ। ਮੈਂ ਅਮਰ ਬਾਰੇ ਬਾਅਦ 'ਚ ਆਊਂਗਾ ਕਿਉਂਕਿ ਅਮਰ ਦਾ ਮੇਰਾ ਬਹੁਤ ਪੁਰਾਣਾ ਰਿਸ਼ਤਾ। ਫਿਲਮ ਤਾਂ ਬਣ ਗਈ, ਫਿਲਮ ਨੂੰ ਨਾ ਪਲੇਸ ਕਰਨਾ ਸਭ ਤੋਂ ਔਖਾ ਹੁੰਦਾ ਕਿ ਆਹ ਬਣਦੇ ਗਈ ਚੀਜ਼, ਇਹਨੂੰ ਹੁਣ ਵੇਚਣਾ ਕਿੱਦਾਂ ਆ, ਇਹ ਲੋਕਾਂ ਨੂੰ ਦੱਸਣਾ ਕਿੱਦਾਂ ਵੀ ਆਹ ਬ੍ਰਾਂਡ ਅਸੀਂ ਬਣਾ ਲਿਆ ਆ। ਉਹ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਇਹ ਕਰ ਰਹੇ। ਮੈਂ ਪਿਛਲੇ 3-4-5 ਦਿਨ ਤੋਂ ਨਾਲ ਆ ਇਹਨਾਂ ਦੇ, ਮੈਂ, ਰੂਪੀ ਜੀ, ਜਸ ਬਾਜਵਾ ਜੀ, ਅਸੀਂ ਪੰਜਾਬ 'ਚ ਟੂਰ ਕਰ ਰਹੇ ਹਾਂ ਅਤੇ ਜਿੱਦਾਂ ਇਹ ਕਦੀ ਕਾਲਜਿਸ ਜਾਂ ਉਹਨਾਂ ਚੀਜ਼ਾਂ ਨੂੰ ਤਜਵੀਜ਼ ਨਹੀਂ ਦਿੰਦੇ ਜਿਹੜੀ ਸ਼ਾਮ ਦੀ ਹਮੇਸ਼ਾ ਰੋਜ਼ ਈਵੈਂਟ ਰੱਖਦੇ ਨੇ, ਇੱਕ ਉਹ ਈਵੈਂਟ ਸਾਰੇ ਦਿਨ ਦਾ ਨਿਚੋੜ ਹੁੰਦੀ ਆ, ਜਿਹ ਕਰਕੇ ਮੈਂ ਤੁਹਾਨੂੰ ਕਿਹਾ ਵੀ ਇਹਨਾਂ ਲਈ ਇੱਕ ਤਾੜੀ ਹੋਣੀ ਚਾਹੀਦੀ ਆ। ਕਦੀ ਯੂਨੀਕ ਹੋਮਸ, ਕਦੀ ਪਿੰਗਲਵਾੜਾ, ਕਦੀ ਜਿੱਦਾਂ ਕੱਲ੍ਹ ਮਾਨਵਤਾ ਦੀ ਸੇਵਾ, ਮਤਲਬ ਇਹਨਾਂ ਦਾ ਫੋਕਸ ਉਸ ਪਾਸੇ ਆ ਕਿ ਉੱਥੇ ਕੁਝ ਹੋਵੇ ਨਾ ਹੋਵੇ ਪਰ ਉਹਨਾਂ ਦੀਆਂ ਬਲੈਸਿੰਗਸ ਜ਼ਰੂਰ ਲਈਆਂ ਜਾਣ ਜਾ ਕੇ ਉਹਨਾਂ ਦੀਆਂ। ਸੋ ਉਹ ਇਹ ਸੋਚਦੇ ਸਾਡੇ ਕੋਲ ਜਿਹੜੇ ਪ੍ਰੋਡਿਊਸਰ ਸਾਡੀ ਇੰਡਸਟਰੀ ਨੂੰ, ਉਹ ਸੋਚਦੇ ਪ੍ਰੋਡਿਊਸਰ ਨੂੰ ਬੜੀ ਇਹਨਾਂ ਦੀ ਬੜੀ ਲੋੜ ਹੈ। ਹੁਣ ਆਪਾਂ ਉਹਨੇ ਅਮਰ ਹੁੰਦਲ 'ਤੇ, ਮੈਨੂੰ ਅੱਜ ਵੀ ਐਂ ਲੱਗਦਾ ਕਿ ਜੱਟ ਜੇਮਸ ਬੌਂਡ ਫਿਲਮ ਚੱਲ ਰਹੀ ਹੈ ਅਤੇ ਇਹਦਾ ਇੱਕ ਮਿੱਤਰ ਹੁੰਦਾ ਸੀ ਮਿੱਠੂ, ਅਮਰ ਦਾ ਦੋਸਤ ਸੀ, ਦੋਵਾਂ ਨੇ ਕੋਰਸ ਖਤਮ ਕੀਤਾ ਅਤੇ ਅਮਰ, ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਨ੍ਹਾਂ ਨੇ ਕੁਛ ਬਣਨਾ ਹੁੰਦਾ ਨਾ ਦੁਨੀਆਂ ਦੇ ਵਿੱਚ, ਕੁਛ ਵੱਖਰਾ ਦਿਖਾਉਣਾ ਹੁੰਦਾ, ਉਹ ਦਿਖਣੇ ਸ਼ੁਰੂ ਹੋ ਜਾਂਦੇ ਪਹਿਲੇ ਹੀ। ਜੱਟ ਜੇਮਸ ਬੌਂਡ ਫਿਲਮ ਦਾ 4th-5 ਦਿਨ ਚੱਲਦਾ ਸੀ ਅਤੇ ਅਮਰ ਨੂੰ, ਅਮਰ ਮਿੱਠੂ ਦੇ ਨਾਲ ਆਇਆ ਉੱਥੇ ਅਤੇ ਆ ਕੇ ਇਹਨੇ ਸਾਨੂੰ ਇੱਕ ਸਟੋਰੀ ਸੁਣਾਈ। ਮੈਂ ਅਤੇ ਗਿਆਨੀ ਬੈਠੇ ਸੀ ਨਾਲ, ਇਹਨੂੰ
ਥੋੜ੍ਹਾ ਜਿਹਾ ਐਡਿਟ ਦਿਖਾਇਆ ਕਿ ਇੱਦਾਂ ਦੀ ਬਣਾਉਣੀ ਹੈ ਜੀ। ਹੁਣ ਸਾਨੂੰ ਉਦੋਂ ਕਿੱਥੇ ਸਮਝ ਸੀਗੀ ਉਹ ਚੀਜ਼ਾਂ ਦੀ। ਗਿਆਨੀ ਕਹਿੰਦਾ ਹਾਂ ਹਾਂ ਠੀਕ ਹੈ ਵਧੀਆ ਓਕੇ ਆ ਕੰਮ ਠੀਕ ਆ ਕਰੇਗਾ ਮਿਹਨਤ ਕਾਕਾ ਮਾਲਕ ਮਿਹਰ ਕਰੂਗਾ। ਉਦੋਂ ਅਮਰ ਸਾਡੇ ਨਾਲ ਜੁੜਿਆ ਜੁੜਿਆ, ਫਿਰ ਵਿਰਕ ਭਾਅ ਜੀ ਕੋਲ ਵੀ ਗਿਆ, ਭਲਵਾਨ ਸਿੰਘ ਵੀ ਕੀਤੀ ਕਈ। ਮੈਂ ਤੁਹਾਨੂੰ ਕਹਿੰਦਾ ਵੀ ਬੰਦੇ ਦਿਖਣੇ ਸ਼ੁਰੂ ਹੋ ਜਾਂਦੇ। ਇਹ ਜਿਹੜੇ ਇਹਦੇ ਬੈਚ ਦੇ ਮੁੰਡੇ ਸੀ ਨਾ ਜਿੰਨੇ ਵੀ ਇਹਦੇ ਨਾਲ ਜਿਹੜੇ ਕੰਮ ਕਰਦੇ ਸੀ, ਕਈ ਮੁੰਡੇ ਸੀਗੇ, ਮੈਂ ਨਾਲ ਲੰਬੀ ਲਿਸਟ ਹੋ ਜਾਣੀ ਆ, ਇਹ ਉਹਨਾਂ ਦੇ ਵਿੱਚੋਂ ਨਾ ਵੱਖਰਾ ਦਿਖਦਾ ਸੀਗਾ, ਚੀਜ਼ਾਂ ਨੂੰ ਬੜੀ ਸੰਜੀਦਗੀ ਨਾਲ ਵੇਖਦਾ ਸੀਗਾ। ਅਤੇ ਉਹਨਾਂ ਨੂੰ ਕਹਾਣੀ ਡਾਇਰੈਕਟਰ ਕੋਲੋਂ ਨਰੇਸ਼ਨ ਲੈ ਕੇ ਜਾਂ ਸਕ੍ਰਿਪਟ ਪੜ੍ਹ ਕੇ ਉਹਦੇ ਵਿੱਚ ਇਨਪੁੱਟਸ ਪਾਉਣੀਆਂ ਸ਼ੁਰੂ ਕਰਤੀਆਂ ਸੀ ਪਹਿਲੀ ਦੂਜੀ ਫਿਲਮ ਦੇ ਵਿੱਚ ਹੀ, ਜਿਹਦੇ ਕਰਕੇ ਅੱਜ ਇਸ ਮੰਚ 'ਤੇ ਬੈਠਾ। ਇਹਦੇ ਨਾਲ ਦੇ ਹੋਰ ਕਈ ਸੀਗੇ ਜਿਹੜੇ ਹਜੇ ਵੀ ਦੌੜ ਵਿੱਚ ਨੇ, ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਇੱਕ ਤਾੜੀ ਅਮਰ ਦੇ ਨਾਂ ਦੀ ਵੀ ਜ਼ਰੂਰ ਚਾਹੀਦੀ ਆ। ਜਦੋਂ ਉਹਨੇ ਵਾਰਨਿੰਗ ਬਣਾਈ, ਇਹਦਾ ਵੱਖਰਾ ਸਿਨੇਮਾ, ਉਹ ਸਿਨੇਮਾ ਕਦੀ ਪੰਜਾਬ ਦੇ ਵਿੱਚ ਦੇਖਿਆ ਹੀ ਨਹੀਂ ਸੀ ਗਿਆ ਜਦੋਂ ਵਾਰਨਿੰਗ ਆਈ ਸੀਗੀ। ਅਸੀਂ ਖੁਦ ਹੈਰਾਨ ਸੀ ਵੀ ਯਾਰ, ਮਾਣ ਵੀ ਸੀਗਾ ਵੀ ਯਾਰ ਸਾਡੇ ਨਾਲ ਕੰਮ ਮੁੰਡਾ ਕਰਦਾ ਸੀਗਾ ਯਾਰ, ਵੀ ਇੱਕ ਵੱਖਰੀ ਲੀ। ਕਈ ਮੁੰਡੇ ਨਿਕਲੇ ਨੇ, ਇਹ ਹੁੰਦਾ ਹੀ ਆ, ਇੱਕ ਰਾਊਂਡ ਅਬਾਊਟ ਹੁੰਦਾ, ਬੰਦਾ ਸਿਰਫ ਉੱਥੇ ਬੰਦਾ ਆਉਂਦਾ ਹੈ, ਉਹ ਤੋਂ ਅੱਗੇ ਹਜ਼ਾਰ ਰਾਹ ਹੁੰਦੇ ਲੰਘਣ ਦੇ, ਬੰਦਾ ਨਿਕਲ ਜਾਂਦਾ। ਸੋ ਇਹ ਫਿਲਮ ਜਿਹੜੀ ਬੀਬੀ ਰਜਨੀ, ਤੁਸੀਂ ਟ੍ਰੇਲਰ ਵੇਖਿਆ, ਟੀਜ਼ਰ ਨੂੰ ਤੁਹਾਡੇ ਕਰਕੇ, ਤੁਹਾਡੇ ਮੀਡੀਆ ਕਰਕੇ ਲੋਕਾਂ ਤੱਕ ਟੀਜ਼ਰ ਪਹੁੰਚਿਆ ਔਰ ਬੜਾ ਪਸੰਦ ਕੀਤਾ ਗਿਆ। ਔਰ ਕਈ ਵਾਰੀ ਹੁੰਦਾ ਆ ਕਿ ਟੀਜ਼ਰ ਕਮਾਲ ਕਰ ਜਾਂਦੇ ਆ, ਟ੍ਰੇਲਰ ਜਿਹੜੇ ਆ ਫਿਲਮ ਨੂੰ ਵੀਕ ਕਰ ਦਿੰਦੇ, ਪਰ ਮੈਨੂੰ ਬੜੀ ਖੁਸ਼ੀ ਹੋਈ, ਮੈਂ ਰੂਪੀ ਨਾਲ ਹੁਣੇ ਬੈਠਾ ਗੱਲ ਕਰਦਾ ਸੀਗਾ ਕਿ ਟ੍ਰੇਲਰ ਜਿਹੜਾ ਆ ਟੀਜ਼ਰ ਤੋਂ ਕਈ ਦਰਜੇ ਉੱਪਰ ਆ। ਕਈ ਫਿਲਮਾਂ ਸਾਡੇ ਸਾਹਮਣੇ ਵੇਖਣ ਨੂੰ ਆਏ ਕਿ ਟੀਜ਼ਰ ਬੜੇ ਕਮਾਲ ਦੇ ਸੀ, ਟ੍ਰੇਲਰ ਜਿਹੜੇ ਕੁਛ ਵੀਕ ਰਹਿ ਜਾਂਦੇ ਆ। ਸੋ ਜਿੱਦਾਂ ਤੁਸੀਂ ਟੀਜ਼ਰ ਨੂੰ ਪਿਆਰ ਦਿੱਤਾ ਸੀ, ਇੱਦਾਂ ਟ੍ਰੇਲਰ ਨੂੰ ਪਿਆਰ ਦਿਓ। ਔਰ ਬਾਕੀ ਆਪਾਂ ਗੱਲਾਂ ਬਾਤਾਂ ਕਰਾਂਗੇ, ਇਹਨਾਂ ਹੀ ਕਹਿੰਦਾ ਹਾਂ ਮੈਂ ਖਿਮਾ ਦਾ ਜਾ ਚੁੱਕਾਂ ਜੀ। ਬਾਕੀ ਹੁਣ ਮਾਈਕ ਰੂਪੀ ਜੀ, ਰਜਨੀ ਜੀ ਆਪ ਦੱਸਣਗੇ ਆਪਣੀ ਕਹਾਣੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਕਿ ਮੈਂ ਬਹੁਤ ਥੋੜ੍ਹਾ ਬੋਲਦੀ ਹਾਂ, ਅਤੇ ਮੈਨੂੰ ਲੱਗਦਾ ਮੈਨੂੰ ਇੰਨਾ ਸੋਹਣਾ ਬੋਲਣਾ ਵੀ ਨਹੀਂ ਆਉਂਦਾ ਜਿੰਨਾ ਸਾਰਿਆਂ ਨੇ ਬੋਲਿਆ ਆ। ਬਟ ਮੈਂ ਇਹੀ ਕਹਿਣਾ ਚਾਹੂੰਗੀ ਜੀ ਕਿ ਸਾਡੀ ਸਾਰੀ ਟੀਮ ਲਈ, ਜਿਹੜੇ ਇੱਥੇ ਨਹੀਂ ਵੀ ਬੈਠੇ ਹੈਗੇ, ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਅਸੀਂ ਇਸ ਫਿਲਮ ਦਾ ਪਾਰਟ ਹਾਂ, ਅਤੇ ਬੀਂਗ ਐਨ ਐਕਟਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ। ਮੈਂ ਕਦੇ ਵੀ ਇਮੈਜਿਨ ਨਹੀਂ ਕੀਤਾ ਸੀਗਾ ਕਿ ਮੈਂ ਇੱਦਾਂ ਦਾ ਰੋਲ ਪਲੇ ਕਰੂੰਗੀ। ਬਸ ਇਹੀ ਉਮੀਦ ਕਰਦੇ ਹਾਂ ਜਿੱਦਾਂ ਤੁਸੀਂ ਸੱਚੀ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਹੈ, ਟ੍ਰੇਲਰ ਨੂੰ ਵੀ ਦਓਗੇ, ਅਤੇ ਜਦੋਂ ਸਾਡੀ ਫਿਲਮ ਆਊਗੀ ਅਗਸਤ 30th ਨੂੰ ਤੁਸੀਂ ਉਹਨੂੰ ਵੀ ਪਿਆਰ ਦਓਗੇ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੀ ਤਾਂ ਗੱਲ, ਜਦੋਂ ਕੋਈ ਏਦਾਂ ਦਾ ਇੱਕ ਪ੍ਰੋਜੈਕਟ ਹੋਵੇ, ਉਹਦੇ ਲਈ ਨਾ ਜਦੋਂ ਬਹੁਤ ਸਾਰੇ ਸ਼ਬਦ ਇਕੱਠੇ ਹੋ ਜਾਂਦੇ ਨੇ ਤਾਂ ਫਿਰ ਬੋਲਣ ਦੇ ਸਮਝ ਹੀ ਨਹੀਂ ਆਉਂਦੀ ਵੀ ਅਸੀਂ ਕੀ ਬੋਲੀਏ, ਕਹਿੰਦੇ ਨੇ ਨਿਸ਼ਬਦ ਹੋ ਗਏ, ਬਸ ਬੋਲਿਆ ਨਹੀਂ ਜਾਂਦਾ ਕਿ ਇੰਨੀ ਖੁਸ਼ੀ ਹੋ ਰਹੀ ਹੈ। ਪਹਿਲਾਂ ਟੀਜ਼ਰ ਨੂੰ ਦੇਖ ਕੇ, ਫਿਰ ਗਾਣਾ ਵੀ ਰਿਲੀਜ਼ ਕੀਤਾ ਸੀ ਉਸ ਨੂੰ ਵੀ, ਅਤੇ ਅੱਜ ਟ੍ਰੇਲਰ ਲਾਂਚ ਹੋਇਆ, ਤਾਂ ਮਤਲਬ ਸ਼ਬਦ ਬਿਲਕੁਲ ਹੈ ਨਹੀਂ, ਖੁਸ਼ੀ ਬਹੁਤ ਹੈ। ਬਸ ਇੱਕੋ ਗੱਲ ਹੈ ਕਿ ਇੱਦਾਂ ਦੇ ਜਦੋਂ ਵਿਸ਼ੇ ਬਣਨੇ ਸ਼ੁਰੂ ਹੋਏ ਨੇ, ਪਹਿਲਾਂ ਵੀ ਇੱਦਾਂ ਦੇ ਬਣਦੇ ਹੈ, ਤਾਂ ਉਦੋਂ ਇੱਕ ਮਾਣ ਮਹਿਸੂਸ ਹੁੰਦਾ। ਫਿਲਮਾਂ ਤਾਂ ਕਰਦੇ ਰਹਿੰਦੇ ਹਾਂ, ਅਕਸਰ ਹੀ ਕਰਦੇ ਹਾਂ, ਪਰ ਜਦੋਂ ਵਧੀਆ ਵਧੀਆ ਵਿਸ਼ੇ ਆਉਂਦੇ ਹੈ, ਕੋਈ ਇਹੋ ਜਿਹੇ ਅੱਛੇ ਸਬਜੈਕਟ ਆਉਂਦੇ ਹੈ, ਤਾਂ ਫਿਰ ਉਹ ਚਾਅ ਕੁਛ ਵੱਖਰਾ ਹੁੰਦਾ। ਬਾਕੀ ਅਮਰ ਦੇ ਨਾਲ ਤਾਂ ਪਤਾ ਨਹੀਂ, ਮੈਂ ਤਾਂ ਬਹੁਤ ਦੇਰ ਤੋਂ ਜੁੜੀ ਹੋਈ ਹਾਂ, ਜਦੋਂ ਇਹ ADC
ਮੰਨਾ ਦਾ ਅਰਦਾਸ ਫਿਲਮ ਦੇ ਵਿੱਚ ਵੀ ਸੀਗਾ ਅਮਰ, ਤਾਂ ਅਮਰ ਦੇ ਨਾਲ ਸਾਨੂੰ ਉਦੋਂ ਵੀ ਇਹ ਇੱਕ ਵੱਖਰੇ ਜਿਹੇ, ਜਿਵੇਂ ਜਰਨੈਲ ਜੀ ਨੇ ਕਿਹਾ ਕਿ ਹਰ ਜਗ੍ਹਾ ਇਹ ਇੱਕ ਵੱਖਰੇ ਜਿਹੇ ਨਿਕਲ ਕੇ ਆਉਂਦੇ ਸੀ, ਪਰ ਜਦੋਂ ਫਿਰ ਇਹਨਾਂ ਦੀ ਵਾਰਨਿੰਗ ਦੇਖੀ ਉਦੋਂ ਕੁਛ ਹੋਰ ਸੀ। ਫਿਰ ਮੈਂ ਕਾਫੀ ਫਿਲਮਾਂ ਕਰ ਚੁੱਕੀ ਹਾਂ ਤੇ ਜਿਹੜੀ ਇਹ ਫਿਲਮ ਹੈ ਰਜਨੀ, ਤਾਂ ਮੈਂ ਅਮਰ ਨੂੰ ਬਹੁਤ ਸਾਰਾ ਪਿਆਰ ਤੇ ਵਧਾਈ ਦਊਂਗੀ ਕਿ ਇੱਕ ਬਹੁਤ ਕਮਾਲ ਦਾ ਜਿਹੜਾ ਇੱਕ ਵਿਸ਼ਾ ਤੇ ਤੁਸੀਂ ਨਿਭਾਇਆ ਵੀ ਖੂਬ ਹੈ, ਜਿਹੜਾ ਕਿ ਸਾਨੂੰ ਇੱਕ ਗੱਲ ਦਾ ਅਸੀਂ ਸ਼ੁਕਰੀਆ ਵੀ ਕਰਾਂਗੇ ਕਿ ਇੰਨੇ ਸੋਹਣੇ ਸਬਜੈਕਟ ਦਾ ਸਾਨੂੰ ਹਿੱਸਾ ਬਣਾਇਆ। ਮੈਨੂੰ ਤਾਂ ਵਿੱਚ ਵਿੱਚ ਲੱਗ ਰਿਹਾ ਸੀ ਵੀ ਸ਼ਾਇਦ ਐਡਜਸਟ ਨਾ ਹੋਣ ਦੇ ਸੁਣਿਆ ਦਾ, ਪਰ ਅਮਰ ਨੇ ਕੀਤੀਆਂ, ਕਹਿੰਦਾ ਨਹੀਂ ਮੈਮ ਮੈਂ ਕਰੂੰਗਾ। ਪਰ ਅੱਜ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਇੰਨੀ ਸੋਹਣੀ ਟੀਮ ਤੇ ਯੋਗਰਾਜ ਜੀ ਦੇ ਨਾਲ ਅਸੀਂ ਬੈਠਦੇ ਹਾਂ, ਜਦੋਂ ਤਾਂ ਇੱਕ ਵੱਖਰਾ ਹੀ ਚਾਅ ਚੜ੍ਹਦਾ, ਸਾਨੂੰ ਖੁਸ਼ੀ ਹੁੰਦੀ ਹੈ। ਪਹਿਲਾਂ ਅਸੀਂ ਇਹਨਾਂ ਨੂੰ ਪਰਦੇ ਤੇ ਦੇਖਦੇ ਹੁੰਦੇ ਸੀ, ਪਰ ਸੋਚਿਆ ਨਹੀਂ ਸੀ ਕਿ ਮਹਾਰਾਜ ਸਾਨੂੰ ਇਹਨਾਂ ਦੇ ਨਾਲ ਕਿਰਦਾਰ ਕਰਨ ਦਾ ਮੌਕਾ ਦੇਣਗੇ। ਬਾਕੀ ਜਰਨੈਲ ਜੀ ਨਾਲ ਵੀ ਬਹੁਤ ਕੰਮ ਕੀਤਾ ਤੇ ਇਹ ਜਿਹੜੀ ਸਾਡੀ ਬੀਬੀ ਰਜਨੀ ਹੈ ਬਹੁਤ ਪਿਆਰੀ, ਪਹਿਲੀ ਗੱਲ ਤਾਂ ਇੱਕ ਸੁਭਾਅ ਤੋਂ ਕਰੈਕਟਰ ਤਾਂ ਜਿਹੜਾ ਕਿਰਦਾਰ ਆ ਉਹ ਤਾਂ ਨਿਭਾਇਆ ਇਸਨੇ ਬਹੁਤ ਵਧੀਆ, ਪਰ ਇਹ ਕਿਰਦਾਰ ਇੱਦਾਂ ਦਾ ਹੈ ਕਿ ਮੈਂ ਇਹਦੀ ਇੱਕ ਫਿਲਮ ਦੇਖੀ ਸੀ ਤੇ ਫਿਰ ਮੈਂ ਸੈਕਿੰਡ ਜਦੋਂ ਇਹਦੇ ਨਾਲ ਫਿਲਮ ਯੂਕੇ ਨੂੰ ਮਿਲੀ ਉਸ ਟਾਈਮ ਮੈਂ ਇਸਦੇ ਨਾਲ ਬਹੁਤ ਗੁੱਸਾ ਕੀਤਾ ਵੀ ਤੂੰ ਇੰਨੀ ਸੋਹਣੀ ਇੰਨੀ ਵਧੀਆ ਕਲਾਕਾਰ ਹੋਣ ਦੇ ਨਾਤੇ ਤੂੰ ਗੁੰਮ ਕਿੱਥੇ ਹੋ ਗਈ ਸੀ, ਮੈਂ ਹਮੇਸ਼ਾ ਤੈਨੂੰ ਤਲਾਸ਼ਦੀ ਰਹਿੰਦੀ ਸੀ ਤੇ ਇਹ ਬਸ ਪਤਾ ਨਹੀਂ ਹੁਣ। ਪਰ ਵਾਹਿਗੁਰੂ ਨੇ ਇੱਕ ਬਹੁਤ ਸੋਹਣੀ ਇਹਦੀ ਜ਼ਿੰਮੇਵਾਰੀ ਲਗਾਈ ਹੈ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਆ ਰਹੀ ਹੈ। ਮੈਨੂੰ ਤਾਂ ਇਹ ਬਸ ਇੱਕ ਰਜਨੀ ਦਾ ਸੱਚੀ ਜਿਵੇਂ ਪਹਿਲਾਂ ਕਹਿ ਚੁੱਕੇ ਹਾਂ ਇੱਕ ਇਹ ਰਜਨੀ ਦਾ ਰੂਪ ਲੈ ਕੇ ਆਈ ਹੈ, ਬਹੁਤ ਸੋਹਣੀ ਮਿਹਨਤ ਕੀਤੀ ਆ। ਬਾਕੀ ਚੀਨੀ ਦੇ ਨਾਲ ਵੀ ਮੈਂ ਕੰਮ ਕੀਤਾ ਹੋਇਆ ਪਹਿਲਾਂ, ਇਹਦੇ ਬਹੁਤ ਵਧੀਆ ਕਲਾਕਾਰ ਹੈ। ਜਦੋਂ ਸਾਰੇ ਬਹੁਤ ਮਜ਼ੇ ਹੋਏ ਕਲਾਕਾਰ ਤੁਹਾਡੇ ਨਾਲ ਕੰਮ ਕਰਦੇ ਨੇ ਨਾ, ਤਾਂ ਲੱਗਦਾ ਕਿ ਵੀ ਅਸੀਂ ਕੁਛ ਪਾ ਲਿਆ। ਬਸ ਹੁਣ ਇੱਕ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ, ਪਹੁੰਚਾਓ, ਕਿਉਂਕਿ ਇਹ ਘਰ ਘਰ ਪਹੁੰਚਣਾ ਜ਼ਰੂਰੀ ਹੈ। ਇਹੋ ਜਿਹੀ ਜਿਹੜੀਆਂ ਚੀਜ਼ਾਂ ਨੇ ਨਾ ਇਹ ਬਣ ਜਾਂਦੀਆਂ ਨੇ, ਇਹ ਮਿਹਨਤ ਹੈ ਪਰ ਇਹ ਬਣ ਜਾਂਦੀਆਂ ਨੇ ਕਿਉਂਕਿ ਪਰਮਾਤਮਾ ਦੇ ਸਾਥ ਦਿੰਦਾ। ਸੋ 30 ਤਰੀਕ ਨੂੰ ਸਾਡੇ ਦਰਸ਼ਕਾਂ ਨੂੰ ਬਸ ਅਪੀਲ ਕਰਾਂਗੇ ਕਿ ਕੋਈ ਬੰਦਾ ਇਸ ਫਿਲਮ ਨੂੰ ਦੇਖਣ ਤੋਂ ਰਹਿ ਨਾ ਜਾਵੇ, ਤਾਂ ਕਿ ਉਹਦੇ ਮਨ ਦੇ ਵਿੱਚ ਕਿਤੇ ਨਾ ਹੋਵੇ ਮੈਂ ਕਿੱਥੇ ਰਹਿ ਗਿਆ ਸੀ। ਇਹ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਥੈਂਕ ਯੂ, ਸ਼ੁਕਰੀਆ ਜੀ। ਚੀਨਾ ਜੀ ਬਾਰੇ ਗੱਲ ਕਹਿਣਾ ਚਾਹਾਂਗੇ, ਬਹੁਤ ਕਮਾਲ ਦੇ ਆਰਟਿਸਟ ਆ ਇਹ, ਔਰ ਮੈਂ ਪਹਿਲਾਂ ਵੀ ਇਹਨਾਂ ਨਾਲ ਇੱਕ ਦੋ ਫਿਲਮਾਂ 'ਚ ਕੰਮ ਕੀਤਾ ਤੇ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਜੀ ਆਈ ਥਿੰਕ ਚੀਮੇ ਲਈ ਪਹਿਲਾਂ ਇੱਕ ਤਾੜੀਆਂ ਮਾਰਨੀਆਂ ਚਾਹੀਦੀਆਂ ਜੀ। ਚਲੋ ਬੋਲੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਮੈਨੂੰ ਖੁਸ਼ੀ ਆ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹੂੰਗਾ ਇਸ ਟੀਮ ਦਾ ਹਿੱਸਾ ਬਣ ਕੇ ਤਾਂ ਮੈਂ ਹਮੇਸ਼ਾ ਹੀ ਬਹੁਤ ਵਧੀਆ ਫੀਲ ਕਰਦਾ ਜਦੋਂ ਵੀ ਅਸੀਂ ਕੰਮ ਕਰਦੇ ਹਾਂ, ਅਤੇ ਇਸ ਫਿਲਮ ਦਾ ਹਿੱਸਾ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਆ। ਮੈਂ ਜ਼ਿਆਦਾਤਰ ਕਰੈਕਟਰ ਨੂੰ ਲੈ ਕੇ ਕੰਮ ਕਰਦਾ ਹੁੰਦਾ, ਪਰ ਇਸ ਵਾਰ ਮੈਨੂੰ ਖੁਸ਼ੀ ਸੀ ਕਿ ਇਸ ਤਰ੍ਹਾਂ ਦਾ ਟੌਪਿਕ 'ਚ ਹਿੱਸਾ ਬਣਨਾ, ਉਹ ਇਹ ਮੇਰੇ ਲਈ ਜ਼ਿਆਦਾ ਉਹ ਸੀ।
ਜ਼ਰੂਰੀ ਅਤੇ ਇਹਨੂੰ ਨਿਭਾਉਣਾ ਉਸ ਤਰੀਕੇ ਨਾਲ, ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਨੇ ਬਹੁਤ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਆਪਾਂ ਐਵੇਂ ਫਰੀਲੀ ਨਹੀਂ ਖੇਡ ਸਕਦੇ ਉਹਨਾਂ ਨੂੰ ਸਕਰੀਨ 'ਤੇ। ਕਈ ਦਾਇਰੇ ਹੁੰਦੇ ਨੇ ਸਾਨੂੰ ਜਿੱਥੇ ਚੀਜ਼ਾਂ ਪਰਫੋਰਮ ਕਰਦੇ ਹਾਂ ਅਸੀਂ, ਅਤੇ ਇੱਦਾਂ ਦੇ ਟੋਪਿਕ ਨੂੰ ਲੈ ਕੇ ਕਰਦੇ ਹਾਂ ਤਾਂ ਹੋਰ ਚੈਲੇਂਜ ਹੋ ਜਾਂਦਾ। ਸੋ ਟੀਮ ਦਾ ਨਾਲ ਹੋਣਾ, ਡਾਇਰੈਕਸ਼ਨ ਟੀਮ, ਅਮਰ ਦਾ, ਮਲਕਾਣਾ, ਸਾਰੀ ਜਿੰਨੀ ਵੀ ਟੀਮ ਸੀ, ਮੇਰੇ ਕੋ ਐਕਟਰਸ ਨੇ ਸਾਰੇ, ਇਹਨਾਂ ਦਾ ਸਾਥ ਜੋ ਮੈਨੂੰ ਵਧੀਆ ਕਰਾਉਣ 'ਚ ਇਹਨਾਂ ਦਾ ਸਾਥ ਮਿਲਿਆ, ਉਹਦੇ ਲਈ ਮੈਂ ਥੈਂਕ ਯੂ ਸਾਰੀ ਟੀਮ ਦਾ। ਨਹੀਂ ਜੇ ਨਾਲ ਵਧੀਆ ਐਕਟਰ ਹੋਣ ਮੇਰੇ ਖਿਆਲ 'ਚ ਪਰਫੋਰਮੈਂਸ ਦੁੱਗਣੀ ਦਿਖਦੀ ਆ, ਸੋ ਉਹੀ ਰੀਜ਼ਨ ਆ। ਥੈਂਕ ਯੂ ਸੋ ਮੱਚ ਅਮਰ, ਥੈਂਕ ਯੂ ਜਰਨੈਲ ਭਾਅ ਜੀ, ਰੂਪੀ, ਯੋਗਰਾਜ ਜੀ, ਥੈਂਕ ਯੂ ਸਰ। ਬਿਲਕੁਲ ਜੀ, ਇੱਕ ਇੱਕ ਜਿਹੜੀ ਆ ਸਾਰਾ ਫਿਲਮ ਆਇਆ ਉਹਨਾਂ ਦੇ ਨਾਮ ਲੈਣਾ ਤਾਂ ਅਸੀਂ ਜ਼ਰੂਰੀ ਸਮਝਦੇ ਹਾਂ, ਬਲਜੀਤ ਦਿਓ ਜੀ, ਜਿਹੜੇ ਦਿਓ ਸਾਹਿਬ ਹਮੇਸ਼ਾ ਕਮਾਲ ਦਾ ਇੱਕ ਵੱਖਰਾ ਜਿਹਾ ਕੰਮ ਕਰ ਜਾਂਦੇ ਹੈ, ਅਤੇ ਸਾਡੇ ਜਿਹੜੇ ਕੈਮਰਾਮੈਨ ਡੀ ਓ ਪੀ ਸੁੱਖਾ, ਅਤੇ ਉਹ ਬੜੇ ਮਿਹਨਤੀ ਨੇ, ਉਹਨਾਂ ਦੀ ਵੀ ਮਿਹਨਤ ਤੁਹਾਨੂੰ ਪਰਦੇ 'ਤੇ ਦਿਖ ਰਹੀ ਹੈ। ਥੈਂਕ ਯੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਇਹ ਕਿ ਇਸ ਫਿਲਮ ਦਾ ਹਿੱਸਾ ਹੋਣਾ ਹੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ, ਇੱਕ ਮਾਣ ਵਾਲੀ ਗੱਲ ਹੈ। ਮੈਂ ਤਾਂ ਖੈਰ ਇਹੋ ਜਿਹੇ ਵਿਸ਼ੇ ਦੇ ਉੱਤੇ ਆਉਣਾ, ਜਿੱਦਾਂ ਐਡੀ ਵੱਡੀ ਫਿਲਮ ਦਾ ਹਿੱਸਾ ਹੋਣਾ, ਮੈਂ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਇਹ ਵੀ ਕਹੂੰਗਾ ਮੈਂ ਤਾਂ ਕਾਬਲ ਵੀ ਨਹੀਂ ਸੀਗਾ, ਮੈਨੂੰ ਤਾਂ ਅਮਰ ਸੀਗਾ ਜਿਹੜਾ ਇੱਥੇ ਤੱਕ ਲੈ ਆਇਆ। ਕਿਤੇ ਨਾ ਕਿਤੇ ਇੰਨੇ ਵੱਡੇ ਇਤਿਹਾਸ ਦੇ ਨਾਲ ਜੁੜਨਾ ਜਾਂ ਇੰਨੇ ਸਾਰੇ ਆਰਟਿਸਟ ਦੇ ਨਾਲ ਬਹਿ ਕੇ ਕੰਮ ਕਰਨਾ, ਇਹਨਾਂ ਦੇ ਨਾਲ ਰਹਿਣਾ, ਹਰ ਟਾਈਮ ਉਹੀ ਸੋਚ ਹੋਣੀ। ਜੇ ਰੂਪੀ ਜੀ ਦੀ ਗੱਲ ਹੋ ਰਹੀ ਸੀਗੀ, ਮੈਨੂੰ ਉੱਥੇ ਰੂਪੀ ਨਹੀਂ ਦਿਖੀ, ਰਜਨੀ ਹੀ ਦਿਖਦੀ ਸੀ। ਜਦੋਂ ਇਹ ਕਿਰਦਾਰ ਕਹ ਉਹ ਅੱਗੇ ਹੀ ਇਮੈਜਿਨ ਹੁੰਦਾ ਸੀ ਵੀ ਉਹ ਰਜਨੀ ਆ ਰਹੀ ਹੈ, ਰਜਨੀ ਜਾ ਰਹੀ, ਮੈਂ ਹਰ ਚੀਜ਼ ਇਹ ਰਜਨੀ ਹੀ ਸੀਗੀ। ਮੈਮ ਵੀ ਹੁਣ ਗੱਲ ਉਹੀ ਕਰ ਰਹੇ ਸੀਗੇ, ਸੀਮਾ ਮੈਮ ਵੀ ਇਹ ਸਾਡੇ ਸਾਹਮਣੇ ਰਜਨੀ ਹੀ ਹੈ। ਉਸ ਤੋਂ ਬਾਅਦ ਜੇ ਗੱਲ ਕਰਨਾ, ਸੀਮਾ ਮੈਮ ਹੋਣਾ ਦੇ ਨਾਲ ਉੱਥੇ ਸੈੱਟ 'ਤੇ ਦਾ ਕੰਮ ਕਰਨ ਦਾ ਮੌਕਾ ਮਿਲਿਆ। ਜਰਨੈਲ ਭਾਅ ਜੀ ਹੋਣਾ ਦਾ ਪਹਿਲਾਂ ਵੀ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ, ਬੰਬੂ ਕਾਰਡ 'ਚ ਜਦੋਂ ਕੰਮ ਕੀਤਾ ਉੱਥੇ ਭਾਅ ਜੀ ਹੋਣੀ ਸਾਰਾ ਕੰਮ ਦਮ ਦੇਖ ਰਹੇ ਸੀਗੇ, ਲਾਹੌਰੀਏ ਜਦੋਂ ਕੰਮ ਕੀਤਾ ਭਾਅ ਜੀ ਉੱਥੇ ਵੀ, ਜਦੋਂ ਮੌਕਾ ਮਿਲਦਾ ਮੈਂ ਗੱਲਬਾਤ ਕਰਨਾ। ਅਤੇ ਇਹਨਾਂ ਦਾ ਇੱਕ ਹੁੰਦਾ ਵੀ ਇਹ ਗੱਲ ਹਮੇਸ਼ਾ ਕਿਤੇ ਨਾ ਕਿਤੇ ਰੱਬ ਦੀ ਗੱਲ ਬਹੁਤ ਕਰਦੇ ਆ, ਅਤੇ ਇਹਨਾਂ ਨਾਲ ਬਹਿ ਕੇ ਬੜਾ ਅੱਛਾ ਲੱਗਦਾ ਹੈ, ਕਿਉਂਕਿ ਉਹ ਤਾਲਮੇਲ ਕਿਤੇ ਨਾ ਕਿਤੇ ਤਾਰਾਂ ਜੋੜਦੀਆਂ ਸਾਡੀਆਂ ਵੀ ਉਸ ਪਰਮਾਤਮਾ ਨਾਲ, ਉਹ ਇਹੋ ਜਿਹੇ ਸ਼ਖਸੀਅਤਾਂ ਦੇ ਥਰੂ ਹੁੰਦੀਆਂ। ਯੋਗਰਾ ਭਾਈ ਦੀ ਗੱਲ ਕਰੀਏ ਤਾਂ ਕਈ ਵਾਰੀ ਇਹਨਾਂ ਦੀ ਵੈਨਿਟੀ ਦੇ ਨਾਲ ਨਾ ਸਾਨੂੰ ਸਾਂਝੀ ਕਰਨ ਦਾ ਮੌਕਾ ਮਿਲ ਜਾਂਦਾ, ਵੀ ਇੱਕ ਪਾਸੇ ਇੱਕ ਪਾਸੇ ਅਸੀਂ ਹੁੰਦੇ ਹਾਂ, ਤਾਂ ਹਮੇਸ਼ਾ ਬਾਣੀ ਹੀ ਚੱਲਦੀ ਹੁੰਦੀ ਆ, ਬਾਣੀ ਚੱਲਣੀ, ਬਾਣੀ ਇੱਧਰ, ਤੋਂ ਜਦੋਂ ਕਿਤੇ ਸੈੱਟ 'ਤੇ ਵੀ ਮਿਲਣਾ ਅਤੇ ਮਹਾਰਾਜ ਦੀਆਂ ਗੱਲਾਂ ਹੋਣੀਆਂ, ਬੜੇ ਵੱਡੇ ਕਿਰਦਾਰਾਂ ਬਾਰੇ ਵੀ ਗੱਲਾਂ ਹੋਣੀਆਂ। ਅਤੇ ਇਸ ਟੀਮ ਨਾਲ ਜੁੜ ਕੇ ਜੇ ਆਪਾਂ ਗੱਲ ਕਰੀਏ ਵੀ ਉੱਥੇ ਹਮੇਸ਼ਾ ਹੀ ਸਾਰੀ ਮੇਰੀ ਅਤੇ ਆਪਸ ਦੇ ਵਿੱਚ, ਸਾਡੀ ਵੀ ਆਪਸ ਦੇ ਵਿੱਚ ਗੱਲ ਹੁੰਦੀ ਸੀ, ਮੇਰੀ ਅਤੇ ਰੰਗਦੇਵ ਦੀ ਵੀ ਕਈ ਵਾਰੀ, ਕਿ ਆਪਾਂ ਕਿਤੇ ਨਾ ਕਿਤੇ ਜਦੋਂ ਇੱਥੇ ਆਏ ਹਾਂ ਅਤੇ ਪਰਮਾਤਮਾ ਨਾਲ ਗੱਲ ਬਹੁਤ ਹੋ ਰਹੀ ਹੈ, ਉਦਣ ਦੀ ਉਹਦਾ ਨਾਂ ਬਹੁਤ ਲਿਆ ਜਾ ਰਿਹਾ ਹਰ ਥਾਂ 'ਤੇ। ਅਤੇ ਅਮਰ ਦੀ ਗੱਲ ਕਰਾਂ, ਅਮਰ ਦੀ ਟੀਮ ਹੀ ਇੱਦਾਂ ਦੀ ਹੈ ਵੀ ਉਹ ਸਭ ਨੂੰ ਖੁਸ਼ ਵੀ ਰੱਖਦੇ ਆ, ਸਭ ਨਾਲ ਕੰਮ ਹੱਸ ਕੇ ਕਰਦੇ ਆ। ਅਮਰ ਦੀ ਟੀਮ ਦੇ ਇੱਕ ਬੈਕਬੋਨ ਜਿਹਦੀ ਮੈਂ ਗੱਲ ਕਰੂੰ, ਜਿਨ੍ਹਾਂ ਵਾਸਤੇ ਤਾੜੀਆਂ ਬਣਦੀਆਂ, ਗੁਰਜੀਤ ਹੁੰਦਲਵਾਈ ਹੋ ਗਿਆ, ਮਲਕਾਣਾ ਹੋ ਗਿਆ, ਬੱਲੀ ਵੀਰਾ ਹੋ ਗਿਆ, ਗੁਰਜੀਤ ਸੀਗਾ,
ਤੇ ਕਿਤੇ ਨਾ ਕਿਤੇ ਆਪਣਾ ਗੁਰਮੀਤ ਸਾਲ ਵੀਰਾ ਤੇ ਜਗਵੀਰ ਬੱਲ ਵੀਰਾ, ਰਿੰਕੂ ਤੇ ਜਿਹੜਾ ਬਾਈ ਕੋਈ ਰਹਿ ਗਿਆ ਉਹਦੇ ਅਸੀਂ ਮਾਫੀ। ਇਹ ਟੀਮ ਬੜੀ ਕਮਾਲ ਦੀ, ਔਸਮ ਟੀਮ, ਔਸਮ ਟੀਮ। ਤੇ ਦਿਓ ਭਾਜੀ ਨਾਲ ਕੰਮ ਕਰਨਾ, ਸੁੱਖੀ ਵੀਰ ਹੋਣਾ ਨਾਲ ਕੰਮ ਕਰਨਾ, ਸਾਡਾ ਤਾਂ ਇੱਕ ਸੁਪਨਾ ਸੀਗਾ ਦਿਓ ਭਾਜੀ ਹੋਣ ਨਾਲ ਕੰਮ ਕਰਨ ਦਾ, ਉਹ ਜਿਹੜਾ ਸਾਡਾ ਵਾਰਨਿੰਗ ਟੂ ਚ ਸਾਡਾ ਪੂਰਾ ਹੋਇਆ ਤੇ ਹੁਣ ਕਿਤੇ ਨਾ ਕਿਤੇ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਿਆ। ਖੈਰ ਵਾਰਨਿੰਗ ਚ ਦਿਓ ਭਾਜੀ ਹੋਣ ਨਾਲ ਸਾਡੀ ਉਨੀ ਗੱਲਬਾਤ ਨਹੀਂ ਸੀ ਹੁੰਦੀ ਕਿਉਂਕਿ ਕਲਾਕਾਰੀ ਅਸੀਂ ਉਨੇ ਸੀਗੇ, ਤੇ ਇੱਥੇ ਆ ਕੇ ਦਿਓ ਭਾਜੀ ਹੋਣ ਜੇ ਸਾਡੇ ਹੋਰ ਜਗ੍ਹਾ ਚ ਖੁੱਲੇ ਫਿਰ ਪਤਾ ਲੱਗਾ ਵੀ ਉਹਨਾਂ ਦਾ ਵਿਜ਼ਨ ਕਿੱਡਾ ਵੱਡਾ ਆ। ਬਾਕੀ ਇਹੋ ਜਿਹੀ ਫਿਲਮ ਬਣਾਉਣਾ, ਇਹੋ ਜਿਹਾ ਇੱਕ ਵਿਜ਼ਨ ਹੋਣਾ, ਏਡੀ ਵੱਡੀ ਫਿਲਮ ਬਣਾਉਣਾ, ਟੀਜ਼ਰ ਅਪ ਤੁਸੀਂ ਸਭ ਦੇਖ ਚੁੱਕੇ ਹੋ, ਟ੍ਰੇਲਰ ਤੁਸੀਂ ਸਾਰੇ ਨੇ ਹੁਣ ਦੇਖਿਆ ਕਿੰਨਾ ਸੋਹਣੇ ਤਰੀਕੇ ਨਾਲ ਉਹਨੂੰ ਦਰਸਾਇਆ ਗਿਆ ਹੈ। ਹੁਣ ਤੇ ਆਪ ਸਭ ਅੱਗੇ ਵੀ ਇਹੀ ਅਰਦਾਸ ਹੈ, ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਆਪਣਾ ਲੋਕਾਂ ਤੱਕ ਲੈ ਕੇ ਜਾਓ, ਪਹੁੰਚਾਓ। ਤੇ ਆਪ ਸਭ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਾਰੇ ਟੀਮ ਵੱਲੋਂ। ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਬਾਕੀ 30 ਅਗਸਤ ਨੂੰ ਮਿਲਦੇ ਹਾਂ ਜੀ ਸਿਨੇਮੇ ਘਰਾਂ ਦੇ ਵਿੱਚ। ਸਤਿ ਸ੍ਰੀ ਅਕਾਲ ਜੀ। ਇੱਕ ਚੀਜ਼ ਮੇਰੀ ਰਹਿ ਗਈ ਜੀ, ਹਾਂ ਮੈਂ ਬਾਈ ਹੋਣਾ ਦਾ ਕਹਿਣਾ ਭੁੱਲ ਗਿਆ। ਇਹਨਾਂ ਦੀ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ, ਹੋਇਆ ਕਿ 3 ਦਿਨ ਪਹਿਲਾਂ ਆਪਣਾ 4 ਦਿਨ ਪਹਿਲਾਂ ਆਪਾਂ ਇੱਕ ਸੀਨ ਸੀ ਸਾਡਾ ਉਹ ਕਰ ਰਹੇ ਸੀਗੇ, ਮੈਂ ਉਹ ਗੱਲ ਕਹਿਣਾ ਚਾਹੂੰਗਾ। ਤੇ ਅਸੀਂ ਏਦਾਂ ਬੈਠੇ, ਮੈਂ ਵੈਂਟੀਆਂ ਵਿੱਚ ਬੈਠੇ, ਮੈਂ ਕੁਦਰਤੀ ਆਪਣੀ ਆ ਕੇ ਨਾ ਕਾਰ ਦੇ ਵਿੱਚ ਬੈਠ ਗਿਆ ਤੇ ਕਾਫੀ ਲੈ ਕੇ ਤੇ ਮੈਂ ਕਾਰ ਚ ਬਹਿ ਗਿਆ ਤੇ ਮੈਂ ਕਾਫੀ ਪੀ ਰਿਹਾ ਤੇ ਅਮਰ ਬਾਈ ਆਉਂਦੇ ਆ ਤੇ ਇਸ਼ਾਰਾ ਕਰਦੇ ਵੀ ਇੱਕ ਮਿੰਟ ਬਾਹਰ ਆ ਨਾ, ਤੇ ਬਾਈ ਆਉਂਦੇ ਆ, ਬਾਈ ਆ ਕੇ ਮੈਨੂੰ ਮਤਲਬ ਮਿਲਦੇ ਆ, ਕਹਿੰਦੇ ਯਾਰ ਮੈਂ ਇੱਕ ਫੋਟੋ ਕਰਾਉਣੀ ਤੇਰੇ ਨਾਲ। ਤੇ ਮੈਂ ਆਪਣੇ ਮੈਨੂੰ ਗੱਲ ਹੀ ਨਾਲ ਮੈਂ ਹੁਣ ਆਖਾਂ ਕਿ ਵੀ ਮੈਂ ਮੇਰੇ ਨਾਲ ਫੋਟੋ ਕਿਉਂ ਕਰਾਉਣੀ ਹੈ ਨਾ, ਵੀ ਇੱਕ ਬੜਾ ਵੜੱਪਣ ਹੈ ਇਹਨਾਂ ਦਾ ਕਿ ਮੈਂ ਫੋਟੋ ਕਰਾਉਣੀ ਭਾਈ ਤੁਹਾਡੇ ਨਾਲ ਜ਼ਰੂਰ, ਮੇਰੇ ਨਾਲ ਫੋਟੋ ਕਰਾਓ। ਚਲੋ ਫੋਟੋ ਕਰਾਈ ਤੇ ਬਾਈ ਨੇ ਨਾ 2-4 ਜੋ ਵੀ ਮੇਰੀ ਤਾਰੀਫ ਦੇ ਵਿੱਚ ਦੋ ਜਿਹੜੇ ਕਸੀਦੇ ਉਹ ਕਹੇ ਇਹਨਾਂ ਨੇ, ਤੇ ਮੈਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਜਵਾਬ ਕੀ ਦੇਵਾਂ, ਮੈਂ ਬੜਾ ਉੱਥੇ ਬਲੈਂਕ ਹੋ ਗਿਆ ਇੱਕੋਦਮ ਹੈ ਨਾ। ਤੇ ਅੱਜ ਮੈਂ ਜੋ ਫਿਰ ਬਾਈ ਨੂੰ ਦੁਬਾਰਾ ਇੱਥੇ ਮਿਲਿਆ ਤੇ ਹੁਣ ਬਾਈ ਬਿਜ਼ੀ ਸੀਗੇ, ਮੈਂ ਚਾਹੁੰਦਾ ਸੀ ਬਾਈ ਨਾਲ ਮੈਂ ਗੱਲ ਕਰਾਂ ਇੱਥੇ। ਤੇ ਕਮਲ ਬਾਈ ਆਪਣਾ ਧਾਰੀਵਾਲ ਜੀ ਹੋਣਾ ਦਾ ਬਹੁਤ ਬਹੁਤ, ਕਰਨ ਵੀਰੇ ਹੋਣਾ ਦਾ ਬਹੁਤ ਧੰਨਵਾਦ ਆ ਕਿ ਤੁਸੀਂ ਇਹੋ ਜਿਹਾ ਕਨਸੈਪਟ ਲੈ ਕੇ ਆਇਓ। ਪਿੰਕੀ ਭਾਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਇਸ ਪਾਸੇ ਕਦਮ ਵਧਾਇਆ ਤੇ ਇੱਕ ਇਹੋ ਜਿਹਾ ਬੂਟਾ ਲਾਇਆ ਸਾਡੀ ਪੰਜਾਬੀ ਵਾਸਤੇ, ਧੰਨਵਾਦ ਹੈ ਜੀ ਬਹੁਤ ਬਹੁਤ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਵੀ ਇਹੀ ਹਾਲ ਹੁੰਦਾ, ਮੈਨੂੰ ਥੋੜੀ ਜਿਹੀ ਘਬਰਾਹਟ ਹੋ ਰਹੀ ਹੈ, ਸੋ ਜੋ ਕੋਈ ਸ਼ਬਦ ਇੱਧਰ ਉੱਧਰ ਹੋ ਗਿਆ ਤਾਂ ਸੋਰੀ। ਇੱਦਾਂ ਨਾ ਦੇਖੋ, ਅਜੀਬ ਜਿਹਾ ਲੱਗ ਰਿਹਾ, ਅੱਖਾਂ ਤੇ ਪੱਟੀ ਭਰਾ ਦਈਏ। ਬੜੀ ਖੁਸ਼ੀ ਦੀ ਗੱਲ ਹੈ ਕਿ ਬੀਬੀ ਰਜਨੀ ਜੀ ਸਾਡੇ ਇਤਿਹਾਸ ਦਾ ਬਹੁਤ ਵੱਡਾ ਹਿੱਸਾ ਨੇ, ਸਬਰ ਤੇ ਪਰਮਾਤਮਾ ਦਾ ਧਿਆਨ ਕਰਨ ਵਾਲੇ, ਇੱਕ ਜਿਨ੍ਹਾਂ ਦੀ ਫਿਲਮ ਦੇ ਵਿੱਚ ਅਸੀਂ ਹਿੱਸਾ ਬਣਿਆ, ਇਹ ਸਾਡੇ ਲਈ ਕਰਮਾਂ ਵਾਲੀ ਗੱਲ ਹੈ। ਥੈਂਕ ਯੂ ਬਾਈ ਅਮਰ ਬਾਈ। ਅਮਰ ਬਾਈ ਨੇ ਮੈਨੂੰ ਜਦੋਂ ਵੀ ਕਿਸੇ ਫਿਲਮ 'ਚ ਮੌਕਾ ਦਿੱਤਾ ਤੇ ਬੜੇ ਜਿਹੇ ਅਜੀਬ ਜਿਹੇ ਕਰੈਕਟਰ ਦਿੱਤੇ ਆ, ਮਤਲਬ ਮੈਨੂੰ ਸੈੱਟ 'ਤੇ ਜਾ ਕੇ ਪਤਾ ਲੱਗਦਾ ਹੁੰਦਾ ਮੇਰਾ ਕਰੈਕਟਰ ਆ। ਜਿਵੇਂ ਮੈਨੂੰ ਵਾਰਨਿੰਗ 'ਚ ਵੀ ਬੜਾ ਸ਼ੌਕ ਦਿੱਤਾ ਸੀ ਇਹਨਾਂ ਨੇ, ਮੈਨੂੰ ਰੋਲ ਨਹੀਂ ਦੱਸਿਆ, ਪਰ ਜਦੋਂ ਮੈਂ ਸੈੱਟ 'ਤੇ ਜਾ ਕੇ ਦੇਖਿਆ ਤਾਂ ਥੋੜ੍ਹੀ ਘਬਰਾਹਟ ਹੋਈ। ਔਰ ਉਸ ਨਾਲ ਵੀ ਜ਼ਿਆਦਾ ਖੁਸ਼ੀ ਦੀ ਇਹ ਗੱਲ ਹੈ ਕਿ ਤੁਸੀਂ ਸਾਰੇ ਮੈਨੂੰ ਦੇਖ ਹੀ ਜਾਂਦੇ ਹੋ, ਚੰਗਾ ਲੱਗ ਰਿਹਾ। ਮੈਨੂੰ ਸੱਚੀ ਕੋਈ ਸ਼ਬਦ ਸਮਝ ਨਹੀਂ ਆ ਰਹੇ ਕਿਉਂਕਿ ਮੈਂ ਉਹਨਾਂ ਨਾਲ ਬੈਠਾ ਇਸ ਟਾਈਮ ਜਿਨ੍ਹਾਂ ਨੂੰ ਸਿਨੇਮੇ 'ਚ, ਟੀਵੀ 'ਚ, ਜਦੋਂ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀਗਾ
ਉਦੋਂ ਦੇਖਦੇ ਹੁੰਦੇ ਸੀ ਸਾਡੇ ਬਾਬਾ ਜੀ ਯੋਗਰਾਜ ਸਰ ਜੀ, ਸ਼ਿਕੰਦਰਾ ਹੋ ਗਈ, ਉਸ ਤੋਂ ਪਹਿਲਾਂ ਦੀਆਂ ਕਿੰਨੀਆਂ ਫਿਲਮਾਂ, ਜਦੋਂ ਇੱਕ ਵਾਰੀ ਫਿਲਮ ਸਾਡਾ ਸਿਨੇਮਾ ਇੱਕ ਵਾਰੀ ਬੰਦ ਹੋ ਗਿਆ ਸੀਗਾ ਚੱਲਦਾ ਚੱਲਦਾ, ਉਸ ਤੋਂ ਬਾਅਦ ਦੁਬਾਰਾ ਉੱਠਿਆ। ਅਸੀਂ ਬੰਦ ਹੁੰਦੇ ਤੋਂ ਪਹਿਲਾਂ ਵੀ ਇਹਨਾਂ ਨੂੰ ਦੇਖਿਆ, ਦੁਬਾਰਾ ਉੱਠਦੇ 'ਚ ਵੀ ਇਹਨਾਂ ਨੂੰ ਦੇਖਿਆ, ਅੱਜ ਵੀ ਇਹਨਾਂ ਨੂੰ ਦੇਖਦੇ ਹਾਂ, ਅਤੇ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਹਮੇਸ਼ਾ ਦੇਖਦੇ ਰਹੀਏ, ਕਿਉਂਕਿ ਇਹ ਸਾਡੇ ਵਾਸਤੇ ਇੱਕ ਪਾਵਰ ਬੂਸਟਰ। ਮੇਰੀ ਅੰਗਰੇਜ਼ੀ ਥੋੜ੍ਹੀ ਕਮਜ਼ੋਰ ਹੈ, ਜੇ ਗਲਤ ਬੋਲੇ ਗਏ ਤਾਂ ਸੋਰੀ। ਮੈਮ ਨੂੰ ਮੈਂ ਦੇਖਿਆ ਸੀ 1984 ਦੇ ਵਿੱਚ, 1984 ਦਲਜੀਤ ਦੀ ਫਿਲਮ ਦੇ ਵਿੱਚ, ਜਿਹੜਾ ਕਰੈਕਟਰ ਸੀ ਮੈਮ, ਮੇਰੀ ਦਾੜੀ ਚਿੱਟੀ ਆ, ਮੈਂ ਸਭ ਤੋਂ ਛੋਟਾ ਹਾਂ, ਸਾਡੇ ਪਾਣੀ ਦੀ ਪ੍ਰੋਬਲਮ ਆ ਨਾ ਉੱਧਰ, ਨਹੀਂ ਦੱਸਣਾ ਵੀ ਚਾਹੀਦਾ। ਔਰ ਹੋਰ ਕੀ ਕਹਿਣਾ ਸੀ, ਹਾਂ, ਔਰ ਦੂਜੀ ਗੱਲ ਇਹ ਕਿ ਪ੍ਰੋਡਿਊਸਰ ਮੈਂ ਬਹੁਤ ਦੇਖਿਆ ਜਿਹੜੇ ਬਿਜ਼ਨਸ ਵੀ ਕਰਦੇ ਆ, ਚਲੋ ਉਹ ਵੀ ਜ਼ਰੂਰੀ ਆ ਫਿਲਮਾਂ ਦੇ ਨਾਲ, ਕਿਉਂਕਿ ਫਿਲਮਾਂ ਬਣਨਗੀਆਂ ਫਿਰ ਜੇ ਬਿਜ਼ਨਸ ਕਰਨਗੀਆਂ, ਔਰ ਇੱਦਾਂ ਦੇ ਵਿਸ਼ੇ ਨੂੰ ਚੱਕਣਾ ਪ੍ਰੋਡਿਊਸਰਾਂ ਵਾਸਤੇ ਬਹੁਤ ਵੱਡਾ ਜਿਹੜਾ ਹੈਗਾ ਹੰਬਲਾ ਇਹ, ਔਰ ਵਧਾਈ ਦੇ ਪਾਤਰ ਹੈ, ਤਾਂ ਪ੍ਰੋਡਿਊਸਰਾਂ ਵਾਸਤੇ ਜ਼ਰੂਰ ਤਾੜੀ ਮਾਰ ਦਿਓ। ਔਰ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ, ਖਾਸ ਕਰਕੇ ਅਮਰ ਬਾਈ ਦਾ, ਬੋਲਣ ਨੂੰ ਮੇਰੇ ਕੋਲ ਬਹੁਤ ਕੁਛ ਹੈ, ਕਦੇ ਮੇਰੇ ਨਾਲ ਬੈਠੋ, ਬੜਾ ਕੁਛ ਹੁੰਦਾ ਮੇਰੇ ਕੋਲ, ਪਰ ਅਸੀਂ ਬੀਬੀ ਰਜਨੀ ਦੀ ਕਹਿ ਲਓ ਪ੍ਰਮੋਸ਼ਨ ਕਰ ਰਹੇ ਹਾਂ, ਟੀਜ਼ਰ ਕਰ ਰਹੇ ਹਾਂ, ਸੋ ਇਸ ਲਈ ਮੈਂ ਜ਼ਿਆਦਾ ਦੂਰ ਨਹੀਂ ਜਾਂਦਾ, ਮੇਰੇ ਕੋਲ ਹੁੰਦਾ ਬੜਾ ਕੁਛ ਹੈ ਬੋਲਣ ਵਾਸਤੇ, ਕੁਛ ਮੇਰੇ ਦੋਸਤ ਬੈਠੇ ਇਹਨਾਂ ਨੂੰ ਪਤਾ ਹੈ ਪੱਤਰਕਾਰ। ਸੋ ਸਾਡੇ ਵਰਗੇ ਜਿਹੜੇ ਕਲਾਕਾਰ ਹੁੰਦੇ, ਐਕਟਰ ਹੈ, ਜਿਹੜੇ ਸੱਚੀ ਥੀਏਟਰ ਕਰਕੇ ਆਏ ਹੁੰਦੇ ਆ, ਉਹਨਾਂ ਵਾਸਤੇ ਇੱਥੇ ਬੈਠਣਾ ਬਹੁਤ ਵੱਡੀ ਗੱਲ ਹੈ, ਨਹੀਂ ਇੱਥੋਂ ਤੱਕ ਆਉਣ ਨਹੀਂ ਦਿੰਦੇ। ਸੋ ਥੈਂਕ ਯੂ ਬਾਈ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਇਹ ਉਪਰਾਲਾ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਕਿ ਬਹੁਤ ਵੱਡੇ ਪੱਧਰ 'ਤੇ ਜਾਏਗਾ, ਜਿਸ ਹਿਸਾਬ ਨਾਲ ਪੰਜਾਬੀ ਇੰਡਸਟਰੀ ਦੀਆਂ ਫਿਲਮਾਂ ਬਣ ਰਹੀਆਂ। ਔਰ ਜਿੱਥੋਂ ਤੱਕ ਗੱਲ ਹੈ ਮੈਮ ਦੀ, ਰੂਪੀ ਮੈਮ ਦੀ, ਬਹੁਤ ਹੀ ਨੋਰਮਲ, ਇੰਨਾ ਪਿਆਰਾ ਸੁਭਾਅ ਇਹਨਾਂ ਦਾ, ਅਸੀਂ ਕਈ ਵਾਰੀ ਚੌੜ ਕਰੀ ਜਾਂਦੇ ਹੁੰਦੇ ਸੀ ਅਤੇ ਤੁਰੇ ਜਾਂਦੇ ਹੁੰਦੇ, ਸਾਡੇ ਕੋਲ ਖੜ ਜਾਂਦੇ ਸੀ, ਔਰ ਮੈਂ ਹੈਰਾਨ ਹੁੰਦਾ ਸੀ ਵੀ ਯਾਰ ਕੋਈ ਇੱਦਾਂ ਦੀ ਹੀਰੋਇਨ ਵੀ ਹੁੰਦੀ ਜਿਹੜੀ ਸਾਡੇ ਕੋਲ ਖੜ ਜਾਂਦੀ ਆ ਕੇ, ਮਤਲਬ ਦੇਖੋ ਸਾਡੇ ਨਹੀਂ, ਦੇਖੋ ਦੇਖਣ 'ਚ ਅਸੀਂ ਡਾਕੂ ਜੇ ਲੱਗਦੇ ਹਾਂ, ਸਾਡੇ ਕੋਲ ਕਿਵੇਂ ਕੋਈ ਖੜ ਸਕਦਾ। ਸੈੱਟ ਦੇ ਬਾਊਂਸਰ ਥੋੜੇ ਜਿਹੇ ਵੀ, ਔਰ ਸਭ ਤੋਂ ਵਧੀਆ ਗੱਲ ਹੈ ਬਾਊਂਸਰ ਜਿੰਨੇ, ਮੈਮ ਨਾਲ ਇੱਕ ਮੁੰਡਾ ਹੈਗਾ ਬਾਊਂਸਰ ਆ ਮੁੰਡਾ, ਉਹ ਬੜਾ ਵਧੀਆ ਸੁਭਾਅ ਹੈਗਾ, ਉਹ ਜ਼ਿਆਦਾ ਟਾਈਮ ਸਾਡੇ ਨਾਲ ਹੀ ਖੜਾ ਰਹਿੰਦਾ ਸੀ। ਮੈਂ ਕਿਹਾ, ਮੈਂ ਉਹਨੂੰ ਆਖਿਆ, ਮੈਂ ਕਿਹਾ ਵੀਰੇ ਤੂੰ ਸਾਡੇ ਕੋਲ ਤਾਂ ਖੜਨਾ ਵੀ, ਸਾਡੇ ਕੋਲ ਕੋਈ ਅਸਲਾ ਜਾਂ ਹਥਿਆਰ ਤਾਂ ਨਹੀਂ ਕਿਤੇ ਚੈੱਕ ਕਰਨ ਵਾਸਤੇ ਖੜਨਾ, ਵੀ ਕਿਸੇ ਨੂੰ ਖਤਰਾ ਤਾਂ ਨਹੀਂ। ਔਰ ਮੈਂ ਸਰ ਨਾਲ ਫਿਲਮਾਂ ਕੀਤੀਆਂ, ਅਸੀਂ ਰੋਡੇ ਕਾਲਜ 'ਚ ਵੀ ਇਕੱਠੇ ਸੀ। ਸੋਰੀ ਸਰ, ਮੈਂ ਇੱਕ ਗੱਲ ਕਹਿਣ ਲੱਗਿਆ, ਬੁਰਾ ਨਾ ਮੰਨਿਓ, ਸਰ ਬਾਰੇ ਨਾ ਕੁਛ ਅਫਵਾਹਾਂ ਫੈਲੀਆਂ ਹੋਈਆਂ ਸੀ ਪਹਿਲਾਂ, ਪਰ ਜਦੋਂ ਮੈਂ ਰੋਡੇ ਕਾਲਜ 'ਚ ਪਹਿਲੀ ਫਿਲਮ ਕੀਤੀ ਇਹਨਾਂ ਨਾਲ, ਮੈਂ ਉਹ ਸਾਰੇ ਬੰਦਿਆਂ ਨੂੰ ਜਵਾਬ ਦਿੱਤੇ ਜਾ ਕੇ, ਮੈਨੂੰ ਇੰਨਾ ਹੌਸਲਾ ਦਿੰਦੇ ਹੁੰਦੇ ਸੀਗੇ ਫਿਲਮ, ਮੈਂ ਬਹੁਤ ਬਿਮਾਰ ਸੀ ਰੋਡੇ ਕਾਲਜ ਫਿਲਮ 'ਚ, ਬਹੁਤ ਸਾਥ ਦਿੱਤਾ ਮੇਰਾ ਸਰ ਨੇ, ਬਹੁਤ ਹਿੰਮਤ ਵਧਾਈ, ਹੌਸਲਾ ਦਿੱਤਾ। ਮੈਂ ਸੱਚੀ ਡਰਦਾ ਸੀਗਾ, ਕਿਉਂਕਿ ਯੋਗਰਾਜ ਸਰ ਦੇ ਨਾਲ ਕੰਮ ਕਰਨਾ ਤਾਂ ਮਤਲਬ ਸ਼ੇਰ ਦੇ ਮੂੰਹ 'ਚ ਹੱਥ ਦੇਣਾ ਹੀ ਹੈ। ਇਹ ਇਹ ਗੱਲ ਸਿਰਫ ਇਹ ਪਤਾ ਕਿੱਥੋਂ ਗੱਲ ਟੁੱਟ ਟੁੱਕਦੀ ਹੈ, ਇਹ ਹਰੀ ਸਿੰਘ ਨਲੂਏ ਦਾ ਗੱਲ ਟੁੱਕਦੀ ਹੈ, ਅੱਜ ਵੀ ਉੱਥੇ ਨਾ ਜਿਹੜੀਆਂ ਗੱਲਾਂ ਨਾ ਉਹ ਪੁੱਤ ਸਾਜਨ ਤਾਂ ਹਰੀ ਸਿੰਘ ਨਲੂਆ ਆ ਜੂਗਾ, ਉਹ ਗੱਲ ਕਰੀ ਕਰਦਾ, ਇਹ ਹੋਣਾ ਵੀ ਚਾਹੀਦਾ, ਉਹ ਜਿਹਾ ਰੁਤਬਾ ਬਣਨਾ ਵੀ ਚਾਹੀਦਾ, ਪਰ ਹਰੀਕ ਨਾਲ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਉਹ ਤੁਹਾਡੀ ਗੱਲ ਨੂੰ ਅੱਗੇ ਤੁਰਦਾ ਵੀ ਉਹ ਸੱਚੇ ਰਾਹ ਚੱਲਦਾ, ਉਸਤ ਕਰੇ ਜਹਾਨ, ਤੇ ਉਹ
ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਕਿਹਾ ਸੀ ਨਾ ਵੀ ਹੁਣ ਮਾੜਾ ਨਾਲ ਗੱਲ ਨਹੀਂ ਚੱਲਣੀ, ਹੁਣ ਸ਼ਸਤਰ ਪਹਿਨਣਾ ਪੈਣਾ। ਕਿਉਂ ਆਪਣੇ ਜਨਾਬ ਭਾਜੀ? ਜਦੋਂ ਸ਼ਸਤਰ ਪਹਿਨਣ ਮਾੜਾ ਦੇ ਨਾਲ ਨਾਲ ਕੰਮ ਸੋਚ ਪਾਈ ਆਉਂਦਾ ਏਦਾਂ ਆਉਂਦਾ ਨੀ, ਕਿਉਂਕਿ ਮੈਂ ਨਾ ਪੋਸਟਰ ਬਣਾਇਆ ਸੀ ਯੂਨੀ ਵਾਸਤੇ, ਉਹ ਹੁਣ ਵੀ ਹੈਗਾ ਰਿਤ ਪਹਿਲਾਂ ਵੀ ਲਿਖਿਆ ਸੀ। ਮੈਂ ਕਿਹਾ ਪੁੱਤਰ ਮੁਝੇ ਯਕੀਨ ਹੈ ਕਿ ਕੁਛ ਕੰਮ ਇਸਕੇ ਬਗੈਰ ਨਹੀਂ ਹੋ ਸਕਦੇ, ਸੋ ਇਸ ਕਰਕੇ ਵੀ ਗੱਲ ਕਰ ਰਿਹਾ। ਪਰ ਹਾਂ ਬੜੀਆਂ ਕਹਾਣੀਆਂ ਨੇ, ਕਦੇ ਫਿਰ ਗੱਲ ਕਰਾਂਗੇ ਜਿਵੇਂ ਬਾਈ ਕਹੀ ਜਾਂਦਾ। ਪਰ ਉਹ ਇਸ ਕਰਕੇ ਨਾਮ ਇਹ ਬਣਿਆ ਹੋਇਆ ਕਿਉਂਕਿ ਉਹਦੇ ਵਿੱਚ ਕਈਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ, ਕਈਆਂ ਨੂੰ ਘਰ ਭੇਜਿਆ। ਮੈਂ ਲੋਕਾਂ ਦੇ ਨਾਮ ਲੈਣਾ ਚਾਹੁੰਦਾ, ਮੈਂ ਕਿਤਾਬ ਲਿਖ ਰਿਹਾ, ਇੱਕ ਪੰਜ ਕਿਤਾਬਾਂ ਮੈਂ ਲਿਖੀਆਂ ਆਪਣੀ ਲਾਈਫ 'ਚ ਔਰ ਮੈਂ ਰਿਲੀਜ਼ ਕਰੂੰਗਾ। ਤੇ ਉਹਨਾਂ ਉਹ ਬੰਦਿਆਂ ਤੋਂ ਉਹ ਕੰਮ ਕੀਤੇ ਆ ਕਿ ਮੈਨੂੰ ਮਾਣ ਹੈ ਜ਼ਿੰਦਗੀ 'ਚ ਕਿ ਰੱਬ ਨੇ ਦਸਵੇਂ ਪਾਤਸ਼ਾਹ ਨੇ ਸਿੰਘ ਬਣਾ ਕੇ ਭੇਜਿਆ ਸੀ, ਜਿਹੜਾ ਹਰ ਗਰੀਬ ਦੇ ਨਾਲ ਖੜਿਆ, ਹਰ ਦੁਰਬਤ ਦੇ ਨਾਲ ਖੜਿਆ, ਹਰ ਇੱਜ਼ਤ ਦੇ ਨਾਲ ਖੜਿਆ ਫਿਰ ਦਸਤੀ ਦੇ ਵਿੱਚ, ਤੇ ਕਿਸੇ ਦੀ ਜ਼ਰੂਰਤ ਨਹੀਂ ਹੋਈ ਕਿਸੇ ਧੀ ਭੈਣ ਵੱਲ ਅੱਖ ਚੁੱਕ ਕੇ ਦੇਖ ਜਦ ਤੱਕ ਮੈਂ ਸੈੱਟ ਤੇ ਬੈਠਾ। ਥੈਂਕ ਯੂ। ਅੱਛਾ ਗੱਲ ਕਰ ਰਹੇ ਸੀਗੇ, ਨਹੀਂ ਨਹੀਂ ਸਰ ਇਹ ਜ਼ਰੂਰੀ ਸੀ, ਮੈਨੂੰ ਆਰਾਮ ਮਿਲ ਗਿਆ ਥੋੜ੍ਹਾ ਜਿਹਾ। ਤਾਂ ਉਹ ਹੁਣ ਉਹ ਜਿਹੜਾ ਪਰਲੇ ਪਾਸੇ ਬੈਠਾ ਨਾ ਬੰਦਾ, ਉਹ ਜਿੰਨਾ ਸ਼ਰੀਫ ਤੁਹਾਨੂੰ ਲੱਗ ਰਿਹਾ ਨਾ ਹੈ ਨਹੀਂ, ਉਹ ਬਹੁਤ ਖਰਾਬ ਬੰਦਾ। ਤੁਸੀਂ ਉਹਨੂੰ ਪੂਰੀ ਫਿਲਮ 'ਚ ਕੋਈ ਡਾਇਲੋਗ ਨਾ ਦਿਓ, ਫਿਰ ਵੀ ਸਾਰਾ ਧਿਆਨ ਆਪਦੇ ਨਹੀਂ ਖਿੱਚ ਲੈਂਦਾ ਉਹ ਇੰਨਾ ਖਰਾਬ ਐਕਟਰ ਹੈ, ਖਰਾਬ ਮਤਲਬ ਸਮਝ ਲਓ। ਔਰ ਜਰਨੈਲ ਭਾਜੀ, ਮੈਂ ਤੁਹਾਡਾ ਨਾਮ ਬਹੁਤ ਸੁਣਿਆ, ਕੰਮ ਕਰਨ ਦਾ ਇਕੱਠੇ ਮੌਕਾ ਨਹੀਂ ਮਿਲਿਆ ਕਦੇ, ਪਰਮਾਤਮਾ ਨੂੰ ਮੈਂ ਅਰਦਾਸ ਕਰਾਂਗੀ ਕਿ ਆਪਾਂ ਕਦੇ ਇਕੱਠੇ ਕੰਮ ਕਰੀਏ। ਔਰ ਸਰ ਥੈਂਕ ਯੂ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਲਾਸਟ 'ਤੇ ਆਪਣੀ ਮੈਂ ਕਰਤਾ, ਅੱਛਾ ਮੈਂ ਤੁਹਾਨੂੰ ਦੱਸਿਆ ਨਾ ਮੈਂ ਹੋ ਜਾਂਦਾ ਮੇਰੇ ਤੋਂ ਕਈ ਵਾਰੀ ਨਾ। ਚਲੋ ਵਾਹਿਗੁਰੂ ਸਭ 'ਤੇ ਮਿਹਰ ਕਰੇ, ਹੋ ਠੀਕ ਹੋ? ਹੁਣ ਸਵਾਦ ਜਾਣ ਲੱਗਿਆ ਸੀ, ਹੁਣ ਲੈ ਤੁਸੀਂ ਫਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਟ੍ਰੇਲਰ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਏਗਾ। ਅਤੇ ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਦਾ ਬਹੁਤ ਜ਼ਿਆਦਾ ਦਿਲੋਂ ਸ਼ੁਕਰਗੁਜ਼ਾਰ, ਅਤੇ ਸ਼ੁਕਰਵਾਰ ਨਹੀਂ ਜ਼ਰੂਰੀ ਸੀ। ਰੂਪੀ ਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੋਊਗੀ ਕਿ ਅੱਜ ਮਾਈਕ ਮੇਰੇ ਹੱਥ 'ਚ ਹੈ, ਬਿਕੋਜ਼ ਪਿਛਲੇ ਹਫ਼ਤੇ ਤੋਂ ਮਾਈਕ ਉਹਨਾਂ ਦੇ ਹੱਥ 'ਚ ਜਾ ਰਿਹਾ, ਅਤੇ ਉਹਨਾਂ ਨੂੰ ਲੱਗਦਾ ਸ਼ਾਇਦ ਮੈਂ ਘਬਰਾ ਜਾਵਾਂਗਾ, ਪਰ ਮੈਂ ਘਬਰਾਉਂਦਾ ਨਹੀਂ। ਮੈਂ ਆਰਕੀਟੈਕਟ ਸਟੂਡੈਂਟ ਹਾਂ ਅਤੇ ਮੈਨੂੰ ਵਾਈਵੇ ਦੇਣ ਦੀ ਆਦਤ ਹੈ, ਸੋ ਇਟਸ ਅਨਦਰ ਵਾਈਵਾ ਇਨ ਮਾਈ ਲਾਈਫ ਵਿਚ ਇਜ਼ ਗੋਇੰਗ ਔਨ। ਸੋ ਯੋਗਰਾਜ ਸਰ ਜੀ ਦਾ ਸਭ ਤੋਂ ਜ਼ਿਆਦਾ ਸ਼ੁਕਰੀਆ, ਬਿਕੋਜ਼ ਡਿਊਰਿੰਗ ਦ ਸ਼ੂਟ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਈ, ਅਤੇ ਇਹ ਜਿਵੇਂ ਅਮਰ ਵੀਰੇ ਨੇ ਮੈਨਸ਼ਨ ਕੀਤਾ ਅਤੇ ਮੇਰਾ ਵੀ ਮੈਨਸ਼ਨ ਕਰਨਾ ਜ਼ਰੂਰੀ ਹੈ, ਬਿਕੋਜ਼ ਬਹੁਤ ਚੀਜ਼ਾਂ ਹੁੰਦੀਆਂ ਨੇ ਸੈੱਟ ਦੇ ਉੱਤੇ ਜਿਹੜੀਆਂ ਕਿ ਆਡੀਅੰਸ ਨੂੰ ਨਹੀਂ ਪਤਾ ਲੱਗਦੀਆਂ, ਪਰ ਉਹਨਾਂ ਦੇ ਜੋ ਐਫਰਟਸ ਰਹੇ ਨੇ ਇਸ ਫਿਲਮ ਲਈ, ਉਹ ਇੱਕ ਟਰੂ ਐਂਡ ਡਿਸਿਪਲਿਨਡ ਹਿਊਮਨ ਹੀ ਪੂਰੇ ਕਰ ਸਕਦਾ ਹੈ, ਐਂਡ ਹੀ ਇਜ਼ ਅ ਟਰੂ ਐਂਡ ਔਰਾ। ਅਤੇ ਸਰ ਦਾ ਮੈਂ ਅਤੇ ਅਮਰ ਵੀਰਾ ਅਤੇ ਸਾਡੀ ਟੀਮ ਬਹੁਤ ਜ਼ਿਆਦਾ ਦਿਲੋਂ ਸ਼ੁਕਰੀਆ ਕਰਦੇ ਹਾਂ ਕਿ ਸਰ ਇਸ ਫਿਲਮ ਦਾ ਪਾਰਟ ਬਣੇ। ਸੈਕਿੰਡਲੀ, ਸੇਮ ਸਿਚੁਏਸ਼ਨਸ ਹੈਪਨਡ ਵਿਦ ਰੂਪੀ, ਪਰ ਉਹਨਾਂ ਨੇ ਵੀ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਸ਼ੂਟ ਦੀ ਡੇਟ ਅੱਗੇ ਕਰ ਲਓ ਜਾਂ ਕੋਈ ਵੀ। ਅਕਸਰ ਲੋਕਾਂ ਦੇ ਦਿਮਾਗ 'ਚ ਇਹ ਹੁੰਦਾ ਹੈ ਕਿ ਐਕਟਰਸ ਬਹੁਤ ਟੈਂਟਰਮਸ ਕਰਦੇ ਹੈ ਅਤੇ ਇਹਨਾਂ ਨਾਲ ਚੀਜ਼ਾਂ ਮਤਲਬ ਹਾਈਪੋਥੈਟੀਕਲ ਸਿਚੁਏਸ਼ਨਸ ਬਹੁਤ ਜੁੜੀਆਂ ਹੁੰਦੀਆਂ, ਪਰ ਸਾਡੀ ਟੀਮ ਦੇ ਅੰਦਰ ਕੋਈ ਵੀ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਸੀ ਕਿ
ਜਿਸ ਨੇ ਕੋਈ ਵੀ ਤਰੀਕੇ ਦਾ ਜੋ ਅਫਵਾਹਾਂ ਹੁੰਦੀ ਹੈ ਉਹਨਾਂ ਨੂੰ ਸੱਚ ਕੀਤਾ ਹੋਵੇ। ਐਵਰੀਥਿੰਗ ਇਜ਼ ਫਾਲਸ। ਤੇ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤਾਂ ਇੰਨਾ ਸੋਹਣਾ ਪ੍ਰੋਡਕਟ ਤੁਹਾਡੇ ਮੂਹਰੇ ਲੈ ਕੇ ਆਏ ਹਾਂ। ਤੇ ਅਕਸਰ ਹੀ ਸਾਰਿਆਂ ਨੇ ਮੈਨੂੰ ਇੱਕੋ ਹੀ ਸਵਾਲ ਕੀਤਾ ਹੈ ਕਿ ਤੁਸੀਂ ਇੰਨੇ ਯੰਗ ਹੋ ਐਂਡ ਤੁਸੀਂ ਇਹ ਫਿਲਮ ਬਾਰੇ ਸੋਚਿਆ। ਸੋ ਮੈਂ 10th ਤੱਕ ICIC ਸਕੂਲ 'ਚ ਪੜ੍ਹਿਆ ਐਂਡ CBSE ਦਾ ਵੀ ਪ੍ਰੀਟੀ ਮੱਚ ਸਿਲੇਬਸ ਸੇਮ ਹੀ ਹੈ ਐਂਡ 10th ਤੱਕ ਹਰ ਬੱਚੇ ਨੂੰ ਆਈ ਗੈਸ ਆਲਰਾਊਂਡ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਹਨ। ਪਰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ ਕਿ ਜੇ ਤੁਸੀਂ ਆਪਣੀ ਮੈਮਰੀ ਦਾ ਫਲੈਸ਼ਬੈਕ ਲਵੋ ਤਾਂ 10th ਤੱਕ ਤੁਸੀਂ ਹਿਟਲਰ ਬਾਰੇ ਪੜ੍ਹਿਆ ਹੋਏਗਾ ਜਾਂ ਹੋਰ ਜੋ ਵੀ ਯੂਰੋਪੀਅਨ ਕਲਚਰਸ ਜਾਂ ਉਹਨਾਂ ਦੀ ਹਿਸਟਰੀ ਸੀ ਉਹੀ ਪੜ੍ਹੀ ਹੋਏਗੀ। ਅਸੀਂ ਵੀ ਉਹੀ ਪੜ੍ਹੀ ਹੈ। ਅਤੇ ਮੈਨੂੰ ਕਾਫੀ ਟਾਈਮ ਪਹਿਲਾਂ ਮੈਂ ਆਪਣੇ ਫਰੈਂਡ ਦੇ ਫਾਦਰ ਕੋਲ ਗਿਆ, ਹੀ ਇਜ਼ ਰਿਟਾਇਰਡ PCS ਨਾਉ। ਸਾਡੀ ਬੈਠੇ ਕਨਵਰਸੇਸ਼ਨ ਚੱਲੀ, ਆਈ ਵਾਸ ਟੂ ਯੰਗ ਐਟ ਦੈਟ ਟਾਈਮ, ਤੇ ਸਾਡੀ ਗੱਲ ਚੱਲੀ ਤੇ ਉਹ ਕਹਿੰਦੇ ਵੀ ਕਰਨ ਜੋ ਵੀ ਤੁਹਾਡਾ ਐਜੂਕੇਸ਼ਨ ਸਿਸਟਮ ਹੈ ਨਾ ਇਹ ਸਾਰਾ ਫਾਲਸ ਹੈ। ਆਪਾਂ ਜਿੱਥੇ ਰਹਿੰਦੇ ਹਾਂ ਆਪਣੇ ਬੱਚਿਆਂ ਨੂੰ ਲਾਈਕ ਅਭੇ ਨੂੰ ਜਿਹੜਾ ਉਹਨਾਂ ਦਾ ਬੇਟਾ ਮੇਰਾ ਦੋਸਤ ਹੈ ਬਹੁਤ ਵਧੀਆ, ਵੀ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਹੈਗਾ ਇਹ ਚੀਜ਼ਾਂ ਬਾਰੇ। ਤੁਹਾਨੂੰ ਤੁਸੀਂ ਸਾਰੇ ਹੋਰ ਹੀ ਇੱਕ ਏਜੰਡਾ ਦੇ ਅੰਦਰ ਪ੍ਰੋਪਾਗੈਂਡਾ ਦੇ ਅੰਦਰ ਘੁੰਮ ਰਹੇ ਹੋ। ਤੇ ਉਦਣ ਮੈਨੂੰ ਇਹ ਗੱਲ ਬਹੁਤ ਜ਼ਿਆਦਾ ਸਟ੍ਰਾਈਕ ਕਰੀ ਕਿ ਵੀ ਕਰਨ ਤੂੰ ਇਹ ਫੀਲਡ ਦੇ ਅੰਦਰ ਹੈ ਤੂੰ ਕੁਛ ਚੇਂਜ ਲੈ ਕੇ ਆ ਸਕਦਾ। ਇਟ ਇਜ਼ਨਟ ਕਿ ਮੈਂ ਚੇਂਜ ਮੇਰੇ ਨਾਲ ਹੀ ਚੇਂਜ ਆਊਗਾ, ਸਾਰੇ ਜਾਣੇ ਆਪਣੇ ਐਫਰਟਸ ਪਾ ਰਹੇ ਨੇ ਚਾਹੇ ਗਾਣਿਆਂ ਦੇ ਥਰੂ ਚਾਹੇ ਹੋਰ ਟੋਪਿਕਸ ਦੇ ਉੱਤੇ ਇੰਡਸਟਰੀ 'ਚ ਫਿਲਮਾਂ ਬਣੀਆਂ। ਤੇ ਸਾਡਾ ਐਜ਼ ਅ ਟੀਮ, ਅਮਰ ਵੀਰੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ, ਸਾਡਾ ਜਦੋਂ ਵੀ ਅਸੀਂ ਕੋਈ ਵੀ ਪ੍ਰੋਜੈਕਟ ਅੱਗੇ ਲੈ ਕੇ ਆਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ ਕਿ ਸਾਡੇ ਕਲਚਰ ਦੀ ਗੱਲ ਹੋਵੇ, ਸਾਡੀ ਜੜ੍ਹਾਂ ਦੀ ਗੱਲ ਹੋਵੇ ਜੋ ਕਿ ਗਾਇਬ ਹੁੰਦੀ ਜਾ ਰਹੀ ਹੈ। ਮੈਂ ਇੱਕ ਦਿਨ ਜਰਨੈਲ ਭਾਜੀ ਨਾਲ ਬੈਠਾ ਸੀ ਤੇ ਕੁਦਰਤੀ ਸਾਡੀ ਗੱਲ ਚੱਲੀ ਕਿ ਗੁਰਦੁਆਰਾ ਸਾਹਿਬ ਸਿਰਫ ਹੁਣ ਵੀਕਐਂਡ ਲਈ ਰਹਿ ਗਏ ਨੇ, ਮਤਲਬ ਸਿਰਫ ਵੀਕਐਂਡ ਦੇ ਉੱਤੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ। ਮੈਂ ਨਹੀਂ ਕਹਿੰਦਾ ਗੁਰਦੁਆਰਾ ਸਾਹਿਬ ਜਾਣਾ ਜ਼ਰੂਰੀ ਹੈ, ਪਰ ਆਪਾਂ ਨਿਤਨੇਮ ਵੀ ਕਰਨਾ ਭੁੱਲ ਗਏ ਹਾਂ। ਇਹ ਫਿਲਮ ਨੇ ਮੈਨੂੰ ਉਹ ਚੀਜ਼ ਸਿਖਾਈ। ਮੈਨੂੰ ਲੱਗਦਾ ਅੱਜ ਤੁਸੀਂ ਜੇ ਸਾਰੇ ਆ ਰਹੇ ਹੋਵੋਗੇ, ਸਾਰੇ ਕੋਈ ਰਾਤ ਲੇਟ ਸੁੱਤਾ ਹੋਊਗਾ, ਮੈਂ ਵੀ ਇੱਥੋਂ 4 ਵਜੇ ਗਿਆ ਸਵੇਰੇ, ਪਰ ਮੈਂ ਲਾਈਫ ਦੇ ਅੰਦਰ ਇੱਕ ਚੀਜ਼ ਅਡੈਪਟ ਕਰੀ, ਸ਼ਾਇਦ ਮੇਰੇ ਘਰਦਿਆਂ ਨੂੰ ਵੀ ਨਹੀਂ ਪਤਾ ਕਿਉਂਕਿ ਮੇਰਾ ਡੋਰ ਹਮੇਸ਼ਾ ਲੌਕਡ ਹੁੰਦਾ ਜਦ ਤੱਕ ਮੈਂ ਰੈਡੀ ਹੋ ਕੇ ਬਾਹਰ ਨਹੀਂ ਨਿਕਲਦਾ। ਪਰ ਮੈਂ ਆਪਣੇ ਅੰਦਰ ਇਹ ਫਿਲਮ ਨੇ ਮੇਰੇ ਅੰਦਰ ਇੱਕ ਠਹਿਰਾਵ ਲੈ ਕੇ ਆਉਂਦਾ ਜੋ ਕਿ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਇਹ ਫਿਲਮ ਨੂੰ ਦੇਖ ਕੇ ਕਿਸੇ ਦੇ ਸਬ ਕੌਨਸ਼ੀਅਸ 'ਚ ਇਹ ਚੀਜ਼ ਬੈਠੂਗੀ ਉਹਦੀ ਲਾਈਫ 'ਚ ਠਹਿਰਾਵ ਜ਼ਰੂਰ ਆਊਗਾ। ਜਦੋਂ ਵੀ ਮੈਂ ਮੇਰੀ ਤੇ ਹੁੰਦਲ ਵੀਰੇ ਦੀ ਰੋਜ਼ ਸਵੇਰੇ ਲੜਾਈ ਹੁੰਦੀ ਸੀ, ਐਵਰੀ ਡੇ ਵੀ ਯੂਜ਼ ਟੂ ਫਾਈਟ, ਐਵਰੀ ਸਿੰਗਲ ਡੇ ਐਂਡ ਨਾਈਟ ਵੀ ਯੂਜ਼ ਟੂ ਫਾਈਟ। ਸੋ ਫਿਰ ਉਹ ਤੋਂ ਬਾਅਦ ਮੈਨੂੰ ਇਹ ਹੁੰਦਾ ਸੀ ਵੀ ਮਨਾ ਤੂੰ ਬੀਬੀ ਰਜਨੀ ਤੇ ਫਿਲਮ ਬਣਾ ਰਿਹਾ ਤੇ ਤੂੰ ਕੀ ਕਰ ਰਿਹਾ। ਉਹ ਚੀਜ਼ ਨੇ ਮੇਰੇ ਅੰਦਰ ਇੰਨਾ ਚੇਂਜ ਲੈ ਕੇ ਆਉਂਦਾ ਕਿ ਆਈ ਐਮ ਥੈਂਕਫੁਲ ਕਿ ਅਸੀਂ ਐਜ਼ ਅ ਟੀਮ, ਇਕੱਲਾ ਮੇਰਾ ਡਿਸੀਜਨ ਨਹੀਂ ਹੈ, ਸਾਰੀ ਟੀਮ ਦਾ ਹੀ ਡਿਸੀਜਨ ਸੀ, ਵੈਦਰ ਯੋਗਰਾਜ ਜੀ CDS, ਜਰਨੈਲ ਭਾਜੀ CDS, ਰੂਪੀ CDS, ਸੀਮਾ ਮੈਮ CDS ਐਂਡ ਸਭ ਤੋਂ ਜ਼ਿਆਦਾ ਜ਼ਰੂਰੀ ਪ੍ਰਦੀਪ ਵੀਰਾ CDS, ਬਿਕੋਜ਼ ਉਹਨਾਂ ਬਿਨਾਂ ਸੀਰੀਅਸਲੀ ਇਹ ਫਿਲਮ ਅਧੂਰੀ ਹੈ। ਕੋਈ ਵੀ ਐਕਟਰ ਕਦੇ ਵੀ ਇਹ ਰੋਲ ਨਹੀਂ ਕਰਦਾ ਵੀ ਜਿਹਦੇ ਅੰਦਰ ਫਿਲਮ 'ਚ ਉਹਨਾਂ ਦਾ ਕੋਈ ਡਾਇਲੋਗ ਹੀ ਨਾ ਹੋਵੇ। ਮਤਲਬ ਐਕਟਰ ਇਹ ਚੀਜ਼ ਪਿੱਛੇ ਹੀ ਕਿੰਨੀਆਂ ਸਕ੍ਰਿਪਟਾਂ ਖਰਾਬ ਕਰ ਦਿੰਦੇ ਨੇ। ਦੇ ਗੈਟ ਦ ਸਕ੍ਰਿਪਟ ਰਿਟਨ, ਤੁਸੀਂ ਅਕਸਰ ਹੀ ਸੁਣਿਆ ਹੋਊਗਾ। ਉਸ ਇਨਸਾਨ ਨੇ ਇੱਕ ਵਾਰ ਵੀ ਇਹ ਚੀਜ਼ ਨਹੀਂ ਕਹੀ ਵੀ ਯਾਰ ਵੀਰੇ ਮੇਰਾ ਰੋਲ ਵਧਾਓ, ਮੇਰੇ ਲਈ ਇਹ ਚੇਂਜ ਕਰੋ, ਮੇਰੇ ਲਈ ਉਹ ਚੇਂਜ ਕਰੋ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਸਕ੍ਰਿਪਟ ਦੀ ਰਿਸਪੈਕਟ ਹਰ ਇੱਕ ਆਰਟਿਸਟ ਨੇ ਕੀਤੀ, ਉਹ ਸਭ ਤੋਂ ਜ਼ਿਆਦਾ ਚੀਜ਼ ਮੈਟਰ ਕਰਦੀ ਹੈ। ਅਤੇ ਉਹਦੇ ਕਰਕੇ ਹੀ ਇਹ ਇੰਨਾ ਸੋਹਣਾ ਪ੍ਰੋਡਕਟ ਤੁਹਾਡੇ ਮੂਹਰੇ ਲੈ ਕੇ ਆਏ ਹਾਂ। ਕੁਛ ਜੋ ਸਾਡੇ ਟੀਮ ਦਾ ਹਿੱਸਾ ਨੇ, ਘੁੱਗੀ ਭਾਜੀ,
ਜਸ ਬਾਜਵਾ ਵੀਰਾ ਉਰੇ ਪਹੁੰਚ ਨਹੀਂ ਸਕੇ ਬਿਕੋਜ਼ ਉਹਨਾਂ ਦੇ ਕੁਝ ਪ੍ਰਾਇਰ ਇੰਗੇਜਮੈਂਟ ਸੀਗੇ। ਸੋ ਉਹਨਾਂ ਵੱਲੋਂ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਕਿ ਤੁਸੀਂ ਸਾਰੇ ਜਣੇ ਸਮਾਂ ਕੱਢ ਕੇ ਆਏ ਤੇ ਤੁਸੀਂ ਸਾਡੀ ਫਿਲਮ ਦੇ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਤੇ ਉਮੀਦ ਕਰਦਾ ਕਿ ਟ੍ਰੇਲਰ ਤੇ ਫਿਲਮ ਨੂੰ ਵੀ ਇੰਨਾ ਪਿਆਰ ਦੇਵੋਗੇ। ਥੈਂਕ ਯੂ ਸੋ ਮਚ ਜੀ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਸੋਸ਼ਲ ਮੀਡੀਆ ਆਪਣੇ ਕੁਐਸਚਨ ਪੁੱਛ ਸਕਦੇ ਨੇ ਸਾਡੇ ਸਟਾਰਕਾਸਟ ਤੋਂ। ਬਹੁਤ ਥੋੜ੍ਹਾ ਸਮਾਂ, ਕੁਛ ਚੰਦ ਸਵਾਲ ਜਿਹੜੇ ਤੁਸੀਂ ਕਰ ਸਕਦੇ। ਮੈਂ ਗੱਲ ਕਰ ਲਾਂ, ਮੈਂ ਇੱਕ ਗੱਲ ਤੁਹਾਡਾ ਕਰਨਾ ਚਾਹੁੰਦਾ। ਤੁਹਾਡਾ ਮੀਡੀਆ ਬਹੁਤ ਸਤਿਕਾਰਯੋਗ ਆ, ਫਾਦਰ ਆਫ ਦੀ ਨੇਸ਼ਨ। ਆਪਾਂ ਇੱਕ ਫਰੈਂਡਲੀ ਡਿਸਕਸ਼ਨ ਕਰ ਲਿਆ ਕਰੀਏ, ਵਿੱਚੋਂ ਗੱਲ ਕੱਢ ਲਿਆ ਕਰੋ, ਪੁੱਛ ਲਿਆ ਕਰੋ, ਹੈ ਨਾ ਵੀ ਐਟ ਈਜ਼। ਮੈਂ ਚਾਹੁੰਦਾ ਸੀ ਕਿ ਉਹ ਇੱਕ ਨਾ ਸੈੱਟ ਪੈਟਰਨ ਬਣਿਆ, ਹਾਂਜੀ ਹੁਣ ਤੁਸੀਂ ਸਵਾਲ ਕਰੋ ਜੀ, ਮੈਂ ਜਵਾਬ ਦਿਆਂ। ਮੈਂ ਸਮਝਦਾ ਜਿੰਨਾ ਆਪਾਂ ਨੈਚੁਰਲ ਚੀਜ਼ ਨਾਲ ਕਰੀਏ, ਤੁਸੀਂ ਕੋਈ ਗੱਲ ਕਰੋ, ਮੈਂ ਜਵਾਬ ਦੇਵਾਂ, ਰੂਪੀ ਜਵਾਬ ਦੇਣ, ਜਰਨੈਲ ਭਾਜੀ ਕੋਈ ਗੱਲ ਦੱਸਣ, ਏਦਾਂ ਦੀ ਆਪਾਂ ਇੱਕ ਕਨਵਰਸੇਸ਼ਨ ਮੈਂ ਚਾਹੁੰਦਾ ਸੀ ਕਰੀਏ। ਕੀ ਖਿਆਲ ਹੈ? ਹੈਨਾ, ਮੈਂ ਆਹ ਮੀਡੀਆ ਦੇ ਵਿੱਚ ਨਾ ਬੜੀ ਵੱਡੀ ਦਰਾਰ ਹੈ, ਇਹ ਆਹ ਆਰਟਿਸਟਾਂ ਦੇ ਆਹ ਬਹੁਤ ਵੱਡਾ ਗੈਪ ਹੈਗਾ, ਮੈਂ ਇਹਨੂੰ ਫਿਲ ਕਰਨਾ ਚਾਹੁੰਦਾ। ਮੈਂ ਕ੍ਰਿਕਟ ਦੇ ਵਿੱਚ ਵੀ, ਸਪੋਰਟਸ ਦੇ ਵਿੱਚ ਵੀ ਇਹ ਬਹੁਤ ਸਾਰਾ ਫਿਲਅਪ ਕੀਤਾ। ਮੈਂ ਪਲੇਅਰਸ ਨੂੰ ਕਹਿੰਦਾ ਜਾ ਕੇ ਇੰਟਰੈਕਸ਼ਨ ਕਰਿਆ ਕਰੋ, ਤੁਸੀਂ ਮੀਡੀਆ ਵਾਲੇ ਹੈਗੇ ਆ ਤਾਂ ਤੁਸੀਂ ਹੈਗੇ ਹੋ, ਤੁਹਾਨੂੰ ਪੈਸੇ ਵੀ ਅੱਜ ਜੇ ਚਾਰ ਮਿਲਣ ਲੱਗੇ ਆ ਸਪੋਰਟਸਮੈਨਾਂ ਨੂੰ, ਜਾਂ ਹਿੰਦੁਸਤਾਨ ਦੇ ਵਿੱਚ ਬੜੀਆਂ ਚੀਜ਼ਾਂ ਇੰਪਰੂਵ ਹੋਈਆਂ ਨੇ ਬਿਕੋਜ਼ ਆਫ ਯੂ ਪੀਪਲ। ਤੇ ਮੈਂ ਤੁਹਾਨੂੰ ਸਲੂਟ ਕਰਦਾ, ਸਲਾਮ ਕਰਦਾ, ਤੁਸੀਂ ਝਿਜਕਿਆ ਨਾ ਕਰੋ ਪਲੀਜ਼। ਆਹ ਜਿਹੜਾ ਗੈਪ ਬਣ ਗਿਆ ਨਾ ਆਪਣੇ ਆਰਟਿਸਟਾਂ ਦੇ ਆਪਣੇ ਵਿੱਚ, ਆਈ ਵਾਂਟ ਟੂ ਬ੍ਰੇਕ ਇਟ, ਕਿਉਂਕਿ ਮੈਂ ਓਨੈਸਟਲੀ ਗੱਲ ਕਹਿਣਾ ਚਾਹੁੰਦਾ, ਆਪਾਂ ਲੈਟਸ ਬੀ ਅ ਫੈਮਿਲੀ ਐਂਡ ਟਾਕ। ਜੋ ਪੁੱਛਣਾ ਕਰਨਾ ਮੈਨੂੰ ਬੜਾ ਚੰਗਾ ਲੱਗੂਗਾ, ਮੈਂ ਇਸ ਬਾਰੀ ਨੂੰ ਤੋੜਨਾ ਚਾਹੁੰਦਾ, ਮੇਰਾ ਦਿਲ ਕਰਦਾ ਮੈਂ ਤੁਹਾਡੇ ਕੋਲ ਆ ਕੇ ਭੁੱਜੇ ਪਹਿਲਾਂ ਤੇ ਫਿਰ ਆਪਾਂ ਗੱਲਬਾਤ ਕਰ ਲਈ। ਦੈਟ ਕਾਇੰਡ ਆਫ ਸਟਫ, ਆਈ ਹੋਪ ਯੂ ਅੰਡਰਸਟੈਂਡ ਕਰੋਗੇ ਮੇਰੀ ਗੱਲ, ਮੈਂ ਕੀ ਕਹਿਣਾ ਚਾਹੁੰਦਾ। ਥੈਂਕ ਯੂ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੱਧਰ ਸਿੰਘ। ਤੇ ਮੈਂ ਨਾ ਜਿਹੜੀ ਮੈਂ ਇੰਟਰਵਿਊ ਨੂੰ ਵੇਖੀ ਹੈ ਯਾਰ, ਤੂੰ ਸਾਡੇ ਨਾਲ ਵੀ ਗੱਲ ਕਰਨਾ ਕਰ ਕਦੇ ਕੋਈ ਅਸ਼ੀਰਵਾਦ ਤੁਹਾਡਾ ਹਮੇਸ਼ਾ ਰਹਿੰਦਾ। ਜਿੱਦਾਂ ਨਾ ਆਪਾਂ ਇਸ ਕਰੈਕਟਰ ਦੀ ਗੱਲ ਕਰ ਰਹੇ ਹਾਂ, ਤੇ ਰੂਪੀ ਤੁਹਾਨੂੰ ਨਾ ਸਾਰੇ ਬੀਬੀ ਰਜਨੀ ਤੋਂ ਹੀ ਤੁਹਾਨੂੰ ਜਾਣ ਰਹੇ ਨੇ, ਹਨਾ, ਤੇ ਮੂੰਹ ਚੋਂ ਹੀ ਨਿਕਲ ਜਾਂਦਾ ਵੀ ਸਾਡੇ ਨਾਲ ਰਜਨੀ ਬੈਠੇ ਆ। ਮੈਂ ਹੁਣੇ 2 ਮਿੰਟ ਪਹਿਲਾਂ ਮੈਂ ਸਟੋਰੀ ਟਾਈ ਕਰਨੀ ਸੀ, ਤੇ ਨਾ ਮੈਂ ਉੱਥੇ ਕਰੀ ਜਾਵਾਂ, ਸਰਚ ਕਰੀ ਜਾਵਾਂ, ਰਜਨੀ ਕਰੀ ਜਾਵਾਂ ਮੈਂ, ਮਤਲਬ ਸਕਿਪ ਹੋ ਗਿਆ ਵੀ ਨਹੀਂ ਨਹੀਂ ਰੂਪੀ ਹੈ, ਮੇਰੇ ਮਾਈਂਡ 'ਚ ਰਜਨੀ ਚੱਲੀ ਜਾਂਦਾ ਸੀ। ਤੇ ਇਹ ਟੈਗ ਨੂੰ ਤੁਸੀਂ ਕਿੱਦਾਂ ਵੇਖਦੇ ਹੋ, ਇਹ ਸਫ਼ਰ ਨੂੰ ਤੁਸੀਂ ਕਿੱਦਾਂ ਵੇਖਦੇ ਹੋ, ਸਾਰੇ ਤੁਹਾਨੂੰ ਬੀਬੀ ਰਜਨੀ ਦੇ ਨਜ਼ਰ ਤੋਂ ਹੀ ਵੇਖ ਰਹੇ ਨੇ? ਦੇਖੋ ਜੀ, ਮੈਂ ਬੀਬੀ ਰਜਨੀ ਤਾਂ ਕਦੇ ਬਣ ਨਹੀਂ ਸਕਦੀ ਹੈਗੀ, ਉਹ ਤਾਂ ਮਤਲਬ ਪੋਸੀਬਲ ਹੀ ਨਹੀਂ ਹੈਗਾ। ਪਰ ਬਹੁਤ ਵਧੀਆ ਗੱਲ ਹੈ ਜੀ ਕਿ ਇਹਦਾ ਮਤਲਬ ਆਈ ਥਿੰਕ ਸਾਰੇ ਫਿਲਮ ਨਾਲ ਜੁੜੇ ਹੋਏ ਆ, ਤੇ ਟੀਜ਼ਰ ਨੂੰ ਤੁਸੀਂ ਇੰਨਾ ਪਿਆਰ ਦਿੱਤਾ ਆ, ਸੋ ਮੈਂ ਬਹੁਤ ਪੋਜ਼ਿਟਿਵ ਵਿੱਚ ਲੈਣੀ ਆ। ਬਟ ਇਹ ਵੀ ਹੈ ਜੀ ਕਿ ਮੈਂ ਉਹ ਕਦੇ ਵੀ ਬਣ ਨਹੀਂ ਸਕਦੀ ਹੈਗੀ ਜੀ ਜੋ ਬੀਬੀ ਰਜਨੀ ਜੀ ਸੀਗੇ। ਜਦੋਂ ਨਾ ਉਹ ਅਸੀਂ ਨਗਰੀ ਨਗਰੀ ਅਸੀਂ ਸੌਂਗ ਵੇਖਦੇ ਹਾਂ, ਹਾਂਜੀ, ਤੁਸੀਂ ਰੇਤੇ ਵੇਚਦੇ ਹੋ, ਰੇਡੀ ਲੈ ਕੇ ਜਾ ਰਹੇ ਹੋ, ਮਾਈਂਡ 'ਚ ਚੱਲਦਾ ਸੀਗਾ ਬਾਕੀ ਜਦੋਂ ਬੀਬੀ ਰਜਨੀ ਤਾਂ ਹਕੀਕਤ ਦੇ ਵਿੱਚ ਉਹਨਾਂ ਨੇ ਤਾਂ ਇਹ ਸਫ਼ਰ ਤੈਅ ਕੀਤਾ, ਉਹਨਾਂ ਦੀ ਕੀ ਬੀਤੀ ਹੋਣੀ? ਹਾਂਜੀ ਹਾਂਜੀ, ਆਈ ਥਿੰਕ ਥਰੂ ਆਊਟ ਦਾ ਫਿਲਮ ਚੱਲ ਰਿਹਾ ਸੀ, ਮੈਨੂੰ ਯਾਦ ਹੈ ਉੱਥੇ ਗਰਮੀ ਬਹੁਤ ਸੀ, ਬਟ ਕੌਂਸਟੈਂਟਲੀ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਨਾ ਪੈ ਰਿਹਾ ਸੀ ਕਿ ਸਾਡੇ ਕੋਲ ਕਿੰਨੀਆਂ ਸਹੂਲਤਾਂ ਨੇ ਇੱਥੇ, ਤੇ ਜੋ ਉਹਨਾਂ ਦੀ ਜਰਨੀ ਸੀ ਉਹਦੇ ਕੰਪੈਰੇਟਿਵ ਦਾ ਕੁਛ ਵੀ ਨਹੀਂ ਹੈਗਾ। ਥੈਂਕ ਯੂ ਥੈਂਕ ਯੂ। ਜੋਰਾ ਸਰ, ਮੇਰਾ ਤੁਹਾਨੂੰ ਸਵਾਲ ਆ, ਤੁਸੀਂ ਕਰੈਕਟਰ ਕੀਤਾ ਦੁਨੀਆ ਚੰਦ ਦਾ ਕਰੈਕਟਰ ਕੀਤਾ ਤੁਸੀਂ, ਉਹ ਬੰਦਾ ਜਿਹੜਾ ਬਿਲਕੁਲ ਆਸਤਿਕ ਹੈ, ਜਿਹਨੂੰ ਰੱਬ ਤੇ ਕੋਈ ਯਕੀਨ ਨਹੀਂ ਹੈਗਾ, ਔਰ ਤੁਸੀਂ ਤਾਂ ਬਹੁਤ ਜ਼ਿਆਦਾ ਪਰਮਾਤਮਾ ਦੇ ਨਾਲ ਜੁੜੇ ਹੋਏ ਹੋ, ਸ਼ਬਦ ਗੁਰੂ ਦੇ ਨਾਲ ਜੁੜੇ ਹੋਏ ਹੋ, ਉਸ ਕਰੈਕਟਰ ਨਿਭਾਉਣਾ ਤੁਹਾਡੇ ਲਈ, ਤੁਸੀਂ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲਿਆ, ਮੈਂ ਉਹ ਕਰੈਕਟਰ ਨਿਭਾਉਣ ਜਾ ਰਿਹਾ ਜੋ ਤੁਹਾਨੂੰ ਮੰਨੇ ਨਹੀਂ ਰਿਹਾ? ਦੁਨੀ ਚੰਦ ਨੂੰ ਮਿਸਅੰਡਰਸਟੂਡ ਕੀਤਾ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਹਿਸਟਰੀ ਦੇ ਨਾਲ ਥੋੜ੍ਹਾ ਜਿਹਾ ਨਾ ਕਰਦੇ ਹਾਂ। ਉਹ ਇੱਕ ਐਸਾ ਇਨਸਾਨ ਆ, ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ, ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ, ਉਹ ਇਸ
ਐਸਾ ਇਨਸਾਨ ਹੈ ਜਿਹੜਾ ਮੰਦਿਰ ਬਣਾ ਰਿਹਾ ਹੈ, ਮਸਜਿਦਾਂ ਬਣਾ ਰਿਹਾ ਹੈ, ਰੱਬ ਨੂੰ ਬੜਾ ਮੰਨਦਾ ਪੂਜਦਾ। ਉਹਨੇ ਕਦੇ ਕੰਪਲੇਂਟ ਨਹੀਂ ਕੀਤੀ ਕਿ ਮੇਰੇ ਘਰੇ 6 ਕੁੜੀਆਂ ਹੋ ਗਈਆਂ ਤੇ ਰੱਬ ਨੇ ਮੈਨੂੰ ਮੁੰਡਾ ਨਹੀਂ ਦਿੱਤਾ, ਠੀਕ ਹੈ। ਲੇਕਿਨ ਅਕਸਰ ਰਾਜ ਗੱਦੀ ਤੇ ਬੈਠਣ ਵਾਲੇ ਲੋਕ ਕੰਨਾਂ ਦੇ ਕੱਚੇ ਹੁੰਦੇ ਆ, ਜਾਂ ਉਹਨਾਂ ਦੇ ਅਹਿਲਕਾਰ ਜਿਹੜੇ ਆ ਬੈਠੇ ਹੈ ਇਹੋ ਜਿਹੇ, ਉਹਨਾਂ ਨੂੰ ਗਲਤ ਐਡਵਾਈਸ ਦਿੰਦੇ ਆ। ਮੈਨੂੰ ਕਰੈਕਟਰ ਕੀਤਾ, ਜੇ ਦੂਣੀ ਚੰਦ ਦੇ ਦਿਮਾਗ 'ਚ ਗੱਲ ਕਿਹਨੇ ਪਾਈ ਕਿ ਰਾਜਾ ਜੀ ਤੁਸੀਂ ਦੂਜਾ ਵਿਆਹ ਕਰਾ ਲਓ, ਵਾਰਿਸ ਪੈਦਾ ਹੋਊਗਾ। ਇਹ ਤਾਂ ਤੁਹਾਡੀ ਵਾਈਫ ਪਹਿਲੀ ਨੇ 6 ਕੁੜੀਆਂ ਦਿੱਤੀਆਂ, ਉਹਨੇ ਤਾਂ ਕਦੇ ਨਹੀਂ ਸਿੱਖਿਆ, ਉਹਨੇ ਗੱਲ ਕਹੀ ਨਹੀਂ ਵੀ ਤੂੰ ਬੜਾ ਦਿਮਾਗ ਖਰਾਬ ਹੈ ਲੋਕ ਕੀ ਕਹਿੰਦੇ। ਲੇਕਿਨ ਰਾਜ ਗੱਦੀ ਦੇ ਬੈਠਣ ਵਾਲੇ ਲੋਕਾਂ ਨੂੰ ਇਹ ਹਰ ਰਾਜੇ ਨਾਲ ਹੋਇਆ, ਅੱਜ ਵੀ ਹੋ ਰਿਹਾ, ਕੰਨ ਭਰੇ ਜਾਂਦੇ ਆ, ਭਰੇ ਜਾਂਦੇ ਆ, ਭਰੇ ਜਾਂਦੇ, ਦਿਮਾਗ 'ਚ ਆਉਂਦੀ ਗੱਲ। ਹੁਣ ਰੱਬ ਨੂੰ ਮੰਨਣ ਵਾਲੇ ਦੀ ਇੱਕ ਬਹੁਤ ਵੱਡੀ ਸਮੱਸਿਆ ਵੀ ਹੈ ਕਿ ਮੈਂ ਬੜਾ ਪਾਠ ਕਰਦਾ, ਮੈਂ ਬੜਾ ਜਪਦਾ, ਮੈਂ 5 ਬਾਣੀਆਂ ਪੜ੍ਹਦਾ, ਮੈਂ 5 ਵਜੇ ਉੱਠਦਾ, ਮੈਂ ਵਾਹਿਗੁਰੂ ਵਾਹਿਗੁਰੂ ਰੋਜ਼ ਕਰਦਾ। ਮੈਂ ਕਦੇ ਨਹੀਂ ਕਿਹਾ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਕਿ ਮਹਾਰਾਜ ਤੂੰ 3 ਵਜੇ ਮੈਨੂੰ ਉਠਾ ਕੇ ਆਪਣਾ ਨਾਮ ਜਪਾਇਆ, ਗੱਲ ਇੰਨੀ ਹੈ। ਔਰ ਜਿਹੜਾ ਸਵਾਲ ਤੁਸੀਂ ਪੁੱਛਿਆ, ਮੈਂ ਜਿਹੜਾ ਕਰੈਕਟਰ ਕੋਈ ਨਹੀਂ ਕਰਨ ਜਾਂਦਾ ਨਾ, ਮੇਰਾ ਇੱਕੋ ਹੀ ਇਸ਼ਟ ਹੈ, ਮੇਰਾ ਇੱਕੋ ਹੀ ਪਰਿਵਾਰ ਹੈ, 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਹੀਦ ਸਿੰਘ, ਬਾਬਾ ਦੀਪ ਸਿੰਘ ਜੀ ਤੇ ਅਕਾਲ ਪੁਰਖ, ਇਹ ਮੇਰਾ ਪਰਿਵਾਰ ਹੈ। ਮੈਂ ਘਰ ਦੀ ਡਿਸੀਜ਼ਨ, ਆਪਣੇ ਡਿਸੀਜ਼ਨ ਸ਼ੁਰੂ ਤੋਂ ਜਦੋਂ 5 ਸਾਲ ਦਾ ਸੀ, ਮੱਥਾ ਟੇਕ ਕੇ ਕਹਿ ਮਹਾਰਾਜ ਆਹ ਹੋ ਰਿਹਾ, ਆਹ ਗੱਲ ਆ, ਆਹ ਬਾਤ ਆ, ਦੱਸੋ ਕੀ ਕਰਨਾ, ਤੁਸੀਂ ਜੋ ਕਰਾਉਣਾ ਤੁਸੀਂ ਕਰਨਾ, ਮੇਰੇ ਕੋਲ ਕੱਖ ਨਹੀਂ। ਇਸ ਕਰੈਕਟਰ ਨੂੰ ਜਦ ਸੁਣਾਇਆ ਸੀਗਾ, ਮੈਨੂੰ ਲੱਗਿਆ ਸੀ ਕਿ ਮੈਂ ਯਾਰ ਰੱਬ ਦੇ ਉਲਟ ਕੰਮ ਨਹੀਂ ਕਰਦਾ, ਮੈਂ ਔਰੰਗਜ਼ੇਬ ਦਾ ਵੀ ਕਰੈਕਟਰ ਕਰ ਲਿਆ, ਮੇਰੇ ਕੋਲ ਫਿਲਮ ਆਈ ਹੈ ਇੱਕ, ਉਹਨੂੰ ਕਨਵਿੰਸ ਕਰਨ ਨੂੰ ਮੈਨੂੰ ਜਦ ਤੱਕ ਗੁਰੂ ਘਰ ਤੋਂ ਹਾਂ ਨਹੀਂ ਹੋਈ, ਮੈਂ ਹਾਂ ਨਹੀਂ ਕਹੀ। ਹੁਣ ਮੈਂ ਪਰਮਜੀਤ ਨੂੰ ਹਾਂ ਕੀਤੀ ਹੈ, ਮਹੀਨਾ ਹੋ ਗਿਆ, ਜਦ ਤੱਕ ਅਰਦਾਸ ਕਰਨ ਤੋਂ ਬਾਅਦ ਉਹ ਤੁਰਨਾ ਨਹੀਂ ਆਇਆ। ਮੈਨੂੰ ਲੱਗਦਾ ਸੀ, ਪਰ ਐਜ਼ ਐਨ ਆਰਟਿਸਟ ਰੱਬ ਨੇ ਮੈਨੂੰ ਜੋ ਕੰਮ ਦਿੱਤਾ, ਮਹਾਰਾਜ ਕਹਿੰਦੇ ਪ੍ਰਫੁੱਲਿਤ ਕਰ, ਤੇ ਮੈਂ ਹਮੇਸ਼ਾ ਜਦ ਕੰਮ ਕਰਨ ਜਾਂਦਾ, ਮਹਾਰਾਜ ਤੁਸੀਂ ਕਰਨਾ, ਤੁਸੀਂ ਬੁਲਾਉਣਾ, ਜੋ ਤੁਹਾਡੇ ਮਨ 'ਚ ਉਹ ਤੁਸੀਂ ਕਰਾਇਓ, ਮੈਨੂੰ ਕੱਖ ਨਹੀਂ ਆਉਂਦਾ। ਔਰ ਆਨੈਸਟਲੀ ਮੈਂ ਗੱਲ ਤੁਹਾਡੇ ਸਾਹਮਣੇ ਕਹਿੰਦਾ, ਮੈਂ ਹਰ ਵਾਰੀ ਗੱਲ ਕਹਿੰਦਾ, ਕਹੀ ਵੀ ਹੈ ਤੁਹਾਡੇ ਚਰਨਾਂ 'ਚ, ਬੇਨਤੀ ਵੀ ਕੀਤੀ ਹੈ, ਜੋ ਕੁਛ ਵੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਮੈਂ ਨਹੀਂ ਕਰ ਰਿਹਾ, ਸਿਰਫ ਤੇ ਸਿਰਫ ਗੁਰੂ ਘਰ ਕਰਾ ਰਿਹਾ, ਖੁਦਾ ਕਰਾ ਰਿਹਾ, ਸ਼ਹੀਦ ਸਿੰਘ ਕਰਾ ਰਿਹਾ, ਬਾਬਾ ਜੀ ਮੇਰੇ ਪਿਤਾ ਜੀ ਬਾਬਾ ਦੀਪ ਸਿੰਘ ਜੀ ਨਾਲ ਘੁੰਮ ਘੁੰਮ ਕੇ ਕਰਾ ਰਹੇ, ਮੈਨੂੰ ਲਫ਼ਜ਼ ਨਹੀਂ ਬੋਲਣਾ ਆਉਂਦਾ। ਅਸੀਂ ਇੱਕ ਸੀਨ ਕਰ ਰਹੇ ਸੀ, ਕਿਉਂਕਿ ਤੁਹਾਡਾ ਸਵਾਲ ਦਾ ਜਵਾਬ ਲੰਬਾ ਤਾਂ ਹੋਇਆ, ਸ਼ਾਇਦ ਤੁਹਾਨੂੰ ਗੱਲ ਪਤਾ ਲੱਗ ਜਾਵੇ। ਮੈਂ ਉਹ ਟਰਨ ਕਰਕੇ ਐਕਟਰ ਗੱਲ ਰਜਨੀ ਨਾਲ ਕਰਨੀ ਸੀ, ਡਾਇਲੋਗ ਬੋਲਣਾ ਸੀ, ਤੇ ਸਡਨਲੀ ਸਾਡਾ ਕਰੈਕਟਰ ਮਿਸਿੰਗ ਸੀ ਉਹ ਵਿੱਚ, ਮੈਂ ਉਹਨੂੰ ਫੋਲਡ ਨਹੀਂ ਸੀ ਕਰ ਪਾ ਰਿਹਾ ਆਪਣੇ ਆਪ ਨੂੰ, ਕਿ ਮੈਂ ਇਹਨੂੰ ਰਿਐਕਟ ਕਿਵੇਂ ਕਰਾਂ। ਮੈਂ ਫਿਰ ਅਮਰ ਜੀ ਨੂੰ ਕਿਹਾ, ਮੈਂ ਕਿਹਾ ਜੀ ਮੈਂ ਕੋਸ਼ਿਸ਼ ਕਰਦਾ, ਕਿਉਂਕਿ ਉਹਨਾਂ ਨੂੰ ਕੰਮ ਹੋ ਗਿਆ ਸੀ, ਭੈਣ ਉਹਨਾਂ ਨੂੰ ਉਹ ਸੀਗੇ ਨਹੀਂ ਉੱਥੇ। ਹੁਣ ਉਹ ਦੂਣੀ ਚੰਦ ਦਾ ਜਿਹੜਾ ਕਰੈਕਟਰ ਆ, ਆਲ ਦਾ ਟਾਈਮ ਮੈਂ ਸ਼ਾਮ ਨੂੰ ਜਾ ਕੇ ਅਰਦਾਸ ਕਰਦਾ ਸੀ, ਮਹਾਰਾਜ ਕੋਈ ਗਲਤ ਗੱਲ ਤਾਂ ਨਹੀਂ ਮੂੰਹ ਚੋਂ ਨਿਕਲ ਗਈ। ਜਿੱਦਣ ਰੱਬ 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 ਉਹ ਸੀਨ ਦੇਖਿਆ ਸੀ, ਉਹ ਕੀਤਾ ਤੇ ਮੈਨੂੰ 3 ਦਿਨ ਬੁਖਾਰ ਚੜਿਆ ਰਿਹਾ। ਮੈਂ ਕਿਹਾ ਮਹਾਰਾਜ ਬੜੀ ਗਲਤੀ ਹੋਈ ਹੈ, ਮੇਰੇ ਸਮੂਹ ਚੋਂ ਤੇਰੇ ਉਸ ਖੁਦਾ ਬਾਰੇ ਜਿਹਦੇ ਮੈਂ ਸਵਾਸ ਫੈਸਲਾ ਜਿਉਣਾ, ਇਹ ਮੇਰੇ ਤੋਂ ਕੀ ਕਰਾ ਲਿਆ। ਮੈਂ ਰੋਣ ਲੱਗ ਗਿਆ, ਮੇਰੇ ਕਿਤੇ ਘਰੇ ਆਏ ਤੁਹਾਨੂੰ ਦਿਖਾਊਂਗਾ,
ਉਹ ਘਰ ਕੈਸਾ ਬਹੁਤ ਪਵਿੱਤਰ ਤੇ ਬੜਾ ਐਸਾ ਘਰ ਹੈ ਜਿਹਨੂੰ ਲੋਕ ਦੇਖਣ ਆਉਂਦੇ ਆ। ਉੱਥੇ ਮੈਂ ਰੋਲਾ ਫਿਰ ਬੈਠ ਕੇ ਔਰ ਮਤਲਬ ਇੰਨਾ ਰੋਇਆ ਸੀ, ਇੰਨਾ ਰੋਇਆ ਸੀ ਕਿ ਮਹਾਰਾਜ ਮੈਨੂੰ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਇਹ ਤੇਰਾ ਕੰਮ ਹੈ ਤੇ ਕੰਮ ਬੇਟਾ ਜਿਹੜਾ ਆਪਾਂ ਕਰਨਾ ਉਹ ਬਾਖੂਬੀ ਹੋਣਾ ਚਾਹੀਦਾ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਉਹ ਇਹ ਹੈ। ਲੇਕਿਨ ਐਜ਼ ਅ ਕਰੈਕਟਰ ਮੈਨੂੰ ਇਹ ਲੱਗਦਾ ਸੀ, ਮੈਂ ਅਮਰ ਨੂੰ ਹਮੇਸ਼ਾ ਕਹਿੰਦਾ ਸੀ, ਮੈਂ ਕਿਹਾ ਇਹ ਲੱਗਦਾ ਜਿਹੜਾ ਪ੍ਰਿਥਵੀਰਾਜ ਕਬੂਤਰ ਆ ਰਿਹਾ, ਮੇਰੀ ਰੀਝ ਸੀ ਮੈਂ ਉੱਦਾਂ ਚੱਲਣਾ ਹੈ, ਉੱਦਾਂ ਆਉਣਾ ਹੈ, ਸ਼ਾਇਦ ਉਹਨਾਂ ਨੂੰ ਬੈਟਰ ਕਰਨਾ। ਮਹਾਰਾਜ ਰੋਲ ਕਰਾਈ ਤਾਂ ਥਰਾਪੜ ਤੇ ਗਿਆ ਇਹੋ ਜਿਹਾ ਕਰਾਈ ਕਿ ਲੋਕ ਕਹਿਣ ਕਿ ਮੈਂ ਇਹੋ ਜਿਹਾ ਕਰੈਕਟਰ ਕਦੇ ਕਿਸੇ ਨੇ ਕੀਤਾ ਨਾ ਤੇ ਲਾਗੂ ਕਰ ਸਕਦਾ। ਇਹ ਵਾਹਿਗੁਰੂ ਕਰਾਉਂਦਾ, ਰਜਨੀ ਜੀ ਨੇ ਕੀਤਾ, ਜਰਨੈਲ ਜੀ ਕਰ ਰਹੇ, ਸਾਰੇ ਕਰ ਰਹੇ, ਜਿਹੜੇ ਤੁਸੀਂ ਸਭ, ਮੈਂ ਬਾਰ ਬਾਰ ਇਹ ਗੱਲ ਕਹਿੰਦਾ ਮੈਂ ਨਾ ਕਿਹਾ ਕਰੋ ਮੈਂ ਆਹ ਕੀਤਾ, ਮੈਂ ਆਹ ਕਰ ਰਹੀ ਹਾਂ, ਮੈਂ ਫਲਾਨਾ, ਇਹ ਜੋ ਕਰਾ ਰਿਹਾ ਖੁਦਾ ਕਰ ਰਿਹਾ, ਉਹਦਾ ਸ਼ੁਕਰਾਨਾ ਕਰਿਆ ਕਰੋ। ਤੇਰਾ ਲੱਖ ਲੱਖ ਸ਼ੁਕਰ, ਕੋਟਾਂ ਕੋਟ ਧੰਨਵਾਦ ਪਿਤਾ, ਤੂੰ ਸਾਨੂੰ ਇਹ ਕੰਮ ਕਰਾਇਆ ਤਾਂ ਆਪ ਕਰਾਇਆ। ਅੱਜ ਵੀ ਰਜਨੀ ਫਿਲਮ ਬਣੀ ਹੈ, ਇਹਦੀ ਅਰਦਾਸ ਹੈ ਮਹਾਰਾਜ ਦੇ ਚਰਨਾਂ 'ਚ ਇਹੋ ਜਿਹੇ ਭਾਗ ਲਾਏ ਕਿ ਪੰਜਾਬੀ ਸੰਗਤ ਇਤਿਹਾਸ ਬਣ ਕੇ ਰਹਿ ਜੇ, ਕਿਉਂਕਿ ਆਉਣ ਵਾਲੀ ਨਸਲਾਂ ਸਿੱਖਣਗੀਆਂ। ਔਰ ਮੈਂ ਇਕੱਲੀ ਫਿਲਮ ਨਹੀਂ ਬਣਾਈ, ਇਹ ਫਿਲਮ ਇੱਕ ਸਕੂਲ ਬਣਾਇਆ, ਇੱਕ ਕਾਲਜ ਬਣਾਇਆ, ਇੱਕ ਯੂਨੀਵਰਸਿਟੀ ਬਣਾਈ ਹੈ। ਜਦੋਂ ਮੁਗਲ ਆਜ਼ਮ ਬਣੀ ਸੀ ਕਿ ਯੂਨੀਵਰਸਿਟੀ ਤੋਂ ਲੋਕ ਪੜ੍ਹ ਕੇ ਜਾਇਆ ਕਰਨਗੇ ਰਜਨੀ ਫਿਲਮ ਨੂੰ ਦੇਖ ਕੇ, ਆਉਣ ਵਾਲੀਆਂ ਸਾਡੀਆਂ ਜਿਹੜੀਆਂ ਨਸਲਾਂ ਨੇ ਉਹ ਸ਼ੇਰਾਂ ਤੇ ਬੱਬਰ ਸ਼ੇਰਾਂ ਦੀਆਂ ਜੰਮਣਗੀਆਂ, ਤਾਂ ਜਾ ਕੇ ਪੰਜਾਬ ਦੀ ਧਰਤੀ ਤੇ ਸ਼ਾਂਤੀ ਆਉਣਗੀਆਂ। ਸੋ ਮੈਂ ਸਮਝਦਾ ਪਹਿਲਾ ਸਟੈਪ ਪੰਜਾਬ ਦੀ ਪੰਜਾਬੀਅਤ ਨੂੰ, ਪੰਜਾਬ ਵਾਲਿਆਂ ਨੂੰ ਪ੍ਰਫੁੱਲਤ ਕਰਨ ਵਾਸਤੇ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਹ ਪਹਿਲਾ ਕਦਮ ਹੈ। ਔਰ ਮਹਾਰਾਜ ਕਰੇ ਐਸੀ ਕਿਰਪਾ ਹੋਵੇ ਕਿ ਹਰ ਜਿਹੜਾ ਆਰਟਿਸਟ ਹੈ ਉਹਨੂੰ ਇਸ ਚੀਜ਼ ਨਾਲ ਨਵਾਜਿਆ ਜਾਵੇ ਕਿ ਪ੍ਰਮਾਤਮਾ ਹਮੇਸ਼ਾ ਜਿਉਂਦਾ ਰਹੇ, ਜਿਵੇਂ ਮੁਗਲਿਆਜ਼ਮ ਦੇ ਵਿੱਚ ਸਾਰੇ ਕਿਰਦਾਰ ਜਿਉਂਦੇ ਹੈ। ਤੁਹਾਡੇ ਸਵਾਲ ਦਾ ਜਵਾਬ ਨੰਬਰ ਵਨ, ਸੋਰੀ ਜੀ, ਥੈਂਕ ਯੂ। ਜੀ ਪਹਿਲੀ ਗੱਲ ਤਾਂ ਜੋ ਆਪਾਂ ਪੀਰੀਅਡ ਫਿਲਮ ਬਣਾਉਂਦੇ ਹਾਂ ਤਾਂ ਮਤਲਬ ਅੱਜ ਦੇ ਟਾਈਮ 'ਚ ਸਾਰੇ ਸੈੱਟ ਲਾਉਣੇ ਪੈਂਦੇ ਆ ਨਾ ਜੀ, ਕਿਉਂਕਿ ਉਹੋ ਜਿਹੀ ਜਗ੍ਹਾ ਮਿਲਦੀਆਂ ਨਹੀਂ ਆ ਚੀਜ਼ਾਂ। ਪਹਿਲੇ ਤਾਂ ਅਸੀਂ ਪੱਟੀ ਦੇ ਵਿੱਚ ਦੂਣੀ ਚੰਦੀ ਹਵੇਲੀ ਵੀ ਹੈਗੀ ਆ, ਮੈਂ ਉੱਥੇ ਜਾ ਕੇ ਆਇਆ, ਮੈਂ ਹਵੇਲੀ ਦੇਖੀ ਕਿਵੇਂ ਦਾ ਟੈਕਸਚਰ ਆ, ਕਿਵੇਂ ਦੀ ਚੀਜ਼ ਆ, ਹੈ ਨਾ ਜੀ। ਫਿਰ ਅਸੀਂ ਆਰਟ ਡਾਇਰੈਕਟਰ ਹਾਇਰ ਕੀਤਾ ਬੰਬੇ ਤੋਂ, ਫਿਰ ਉਹਦੇ ਨਾਲ ਡਿਸਕਸ ਕੀਤਾ, ਪਹਿਲੇ ਨਕਸ਼ੇ ਬਣਾਏ ਸਾਰੇ, ਹੈ ਨਾ ਜੀ, ਕਿ ਮਤਲਬ ਕਿੱਦਾਂ ਦਾ ਮਾਹੌਲ ਲੱਗੂਗਾ, ਫਿਰ ਕੋਸਟਿਊਮ ਸਾਰੇ ਡਿਜ਼ਾਈਨ ਕੀਤੇ, ਸਕੈਚ, ਕਿਉਂਕਿ ਮੈਂ ਹਮੇਸ਼ਾ ਹੀ ਮੇਰਾ ਇਹ ਹੁੰਦਾ ਕਿ ਮੈਨੂੰ ਪਹਿਲਾਂ ਦਿਖਣਾ ਚਾਹੀਦਾ ਕਿ ਸਕਰੀਨ 'ਤੇ ਕੀ ਆਊਗਾ। ਜਿੱਦਾਂ ਪਹਿਲੇ ਵਾਰਨਿੰਗ ਸੀ, ਉਹ 'ਚ ਜੇਲ੍ਹ ਦਾ ਸੈੱਟ ਲਾਇਆ ਸੀ, ਉਹ ਵੀ ਅਸੀਂ ਸਾਰੇ ਨਕਸ਼ੇ ਬਣਾਏ ਸੀ, ਅਤੇ ਇਹਦੇ ਵਿੱਚ ਵੀ ਅਸੀਂ ਮਤਲਬ ਸਾਡਾ ਜੋ ਪ੍ਰੋਡਕਸ਼ਨ ਡਿਜ਼ਾਈਨਰ ਸੀ ਵਿਜੇ, ਉਹ ਹਮੇਸ਼ਾ 3D ਦੇ ਵਿੱਚ ਸਾਰੇ ਨਕਸ਼ੇ ਬਣਾ ਕੇ ਦਿੰਦਾ ਕਿ ਐਵੇਂ ਦੀ ਚੀਜ਼ ਲੱਗੂਗੀ, ਫਿਰ ਅਸੀਂ ਡਿਸਕਸ ਕਰਦੇ ਹਾਂ ਕਿ ਨਹੀਂ ਆ ਮਤਲਬ, ਕਿਉਂਕਿ ਉਹ ਬੰਬੇ ਵਾਲੇ ਆ ਅਤੇ ਉਹਦਾ ਦਾ ਫੀਲ ਆ ਜਾਂਦਾ ਸੀ, ਨਹੀਂ ਸਾਨੂੰ ਆਹ ਚਾਹੀਦਾ, ਇੱਦਾਂ ਚਾਹੀਦਾ, ਫਿਰ ਉਹਦੇ ਨਾਲ ਲੰਮੀਆਂ ਚੋਰੀਆਂ ਡਿਸਕਸ਼ਨਾਂ ਚੱਲਦੀਆਂ ਸੀ ਕੀਤੀ ਆ, ਕਿਉਂਕਿ ਪੀਰੀਅਡ ਫਿਲਮ ਬਣਾਉਣਾ ਬਹੁਤ ਔਖਾ ਹੋ ਜਾਂਦਾ। ਅਤੇ ਸਭ ਤੋਂ ਵੱਡਾ ਯੋਗਦਾਨ ਮੈਂ ਸੋਚਦਾ ਕਿ ਮਤਲਬ ਪ੍ਰੋਡਕਸ਼ਨ ਡਿਜ਼ਾਈਨਰ ਅਤੇ ਕੋਸਟਿਊਮ ਦਾ ਸੀ, ਬਾਕੀ ਹਰ ਇੱਕ ਬੰਦੇ ਨੇ ਆਪਣਾ 100% ਦਿੱਤਾ। ਅਤੇ ਰੈਫਰੈਂਸ ਇਹ ਹੈ ਕਿ ਮਤਲਬ ਜਦੋਂ ਪੀਰੀਅਡ ਫਿਲਮ ਬਣਾਉਣੀ ਹੈ ਅਤੇ ਫਿਰ ਉਵੇਂ ਦੀਆਂ ਫਿਲਮਾਂ ਦੇਖਣੀਆਂ ਪੈਂਦੀਆਂ, ਕਿ ਮੇਰਾ ਇਹ ਹੁੰਦਾ ਕਿ ਜਦੋਂ ਮੈਂ ਪਹਿਲੇ ਮੈਂ ਜ਼ਿਆਦੀਆਂ ਐਕਸ਼ਨ ਫਿਲਮਾਂ ਬਣਾਈਆਂ ਅਤੇ ਮੈਂ ਸਾਰੀਆਂ ਐਕਸ਼ਨ ਫਿਲਮਾਂ ਦੇਖਦਾ ਕਿ ਹਾਂ ਮੈਂ ਦਿਖਾਉਣਾ ਕਿੱਦਾਂ,
ਕੀ ਚੱਲਦਾ ਅੱਜ ਦੇ ਟਾਈਮ 'ਚ ਕੀ ਚੱਲਦਾ ਹੈ ਨਾ ਜੀ। ਅਤੇ ਜਦੋਂ ਮੈਂ ਇਹ ਫਿਲਮ ਬਣਾਉਣੀ ਸੀ ਮੈਨੂੰ ਐਕਸ਼ਨ ਫਿਲਮਾਂ ਬਹੁਤ ਪਸੰਦ ਆ, ਅਤੇ ਜਦੋਂ ਮੈਂ ਇਹ ਫਿਲਮ ਬਣਾਉਣੀ ਸੀ ਅਤੇ ਮੈਂ ਘੱਟੋ ਘੱਟ 8 ਤੋਂ 9 ਮਹੀਨੇ ਮੈਂ ਕੋਈ ਐਕਸ਼ਨ ਫਿਲਮ ਨਹੀਂ ਦੇਖੀ। ਮੈਂ ਸਾਰਾ ਜੋ ਸਿਨੇਮਾ ਦੇਖਿਆ, ਮੈਂ ਜੇ ਅਗਰ ਐਕਸ਼ਨ ਦੇਖੀ ਵੀ ਹੈ ਤਾਂ ਉਹ ਪੀਰੀਅਡ ਦੇਖੀ ਆ ਕਿ ਤੁਹਾਡੇ ਸਾਰਾ ਮਤਲਬ ਤੁਹਾਡੇ ਦਿਮਾਗ ਚੱਲਦਾ ਰਹੇ, ਅਤੇ ਬਸ ਐਦਾਂ ਮਿਹਨਤ ਹੋਈ ਹੈ ਜੀ ਫਿਲਮ ਦੇ ਉੱਤੇ। ਮਤਲਬ ਮੈਨੂੰ ਜਦੋਂ ਮੈਂ ਕਿਰਦਾਰ ਲਿਖਿਆ ਸੀ ਦੋਵੇਂ ਚੰਨ ਜੀ ਦਾ, ਅਤੇ ਮੈਂ ਕਿਸੇ ਕੋਲ ਨਹੀਂ ਗਿਆ, ਮੈਂ ਸਿੱਧਾ ਸਰ ਕੋ ਗਿਆ, ਅਤੇ ਮੈਨੂੰ ਪਤਾ ਸੀ ਕਿ ਇਹ ਕਿਰਦਾਰ ਬਸ ਸਰ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ। ਅਤੇ ਮੈਂ ਇਹਨਾਂ ਦੀ ਇਜਾਜ਼ਤ ਲੈਣ ਗਿਆ ਸੀ, ਸਰ ਮੈਂ ਜਦੋਂ ਆਪਾਂ ਸਟੇਡੀਅਮ 'ਚ ਬੈਠੇ ਸੀ ਅਤੇ ਮੈਂ ਤੁਹਾਨੂੰ ਕਿਰਦਾਰ ਸੁਣਾਇਆ, ਅਤੇ ਇਹਨਾਂ ਨੇ ਕਿਹਾ ਕਿ ਮਤਲਬ ਪਹਿਲੀ ਵਾਰ ਹੀ ਕਹਿੰਦਾ ਜਦੋਂ ਮਰਜ਼ੀ ਮੇਰੇ ਵੱਲੋਂ ਡਨ ਆ, ਮਹੀਨਾ ਚਾਹੀਦਾ, 2 ਮਹੀਨੇ ਚਾਹੀਦੇ, 6 ਮਹੀਨੇ ਚਾਹੀਦੇ ਆ, ਅਤੇ ਮੈਂ ਆਪਣਾ ਪੂਰਾ ਟਾਈਮ ਦਊਂਗਾ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਬੀਬੀ ਰਜਨੀ ਦਾ ਕਿਰਦਾਰ ਕਰਨਾ ਸੀ, ਸਾਨੂੰ ਮਤਲਬ ਐਵੇਂ ਦਾ ਫੇਸ ਚਾਹੀਦਾ ਸੀ ਕਿ ਜੋ ਲੱਗੇ ਕਿ ਹਾਂ ਮਤਲਬ ਜਿਹਨੂੰ ਦੇ ਕੇ, ਹੁਣ ਜਿੱਦਾਂ ਬਾਈ ਕਹਿ ਰਹੇ ਸੀ ਕਿ ਹਾਂ ਇਨੋਸੈਂਸ, ਠੀਕ ਮਤਲਬ ਅੰਗਰੇਜ਼ੀ ਮੇਰੀ ਥੋੜ੍ਹੀ ਜਿਹੀ ਮਾੜੀ ਆ ਤਾਂ ਕਰਕੇ, ਠੀਕ ਹੈ, ਅਤੇ ਉਹ ਚਾਹੀਦੀ ਸੀ। ਠੀਕ ਹੈ ਜੀ। ਅਤੇ ਹੁਣ ਸਾਨੂੰ ਅਸੀਂ ਕਿਰਦਾਰ ਲੋਕਾਂ ਨੂੰ ਲੱਗੇ ਕਿ ਹਾਂ ਇਹੀ ਕਿਰਦਾਰ ਆ, ਮਤਲਬ ਬੀਬੀ ਰਜਨੀ ਦਾ ਕਿਰਦਾਰ ਹੀ ਇਹੀ ਆ, ਅਤੇ ਉਹ ਸਾਨੂੰ ਰੂਪ ਜੀ 'ਚ ਮਿਲਿਆ। ਠੀਕ ਹੈ ਜੀ। ਅਤੇ ਇਹਨਾਂ ਨੂੰ ਮਿਲੇ, ਇਹਨਾਂ ਨੂੰ ਕਹਾਣੀ ਸੁਣਾਈ ਅਤੇ ਇਹਨਾਂ ਨੂੰ ਕਹਾਣੀ ਬਹੁਤ ਵਧੀਆ ਲੱਗੀ, ਅਤੇ ਇਹਨਾਂ ਨੇ ਕਿਹਾ ਕਿ ਮੈਂ ਆਪਣਾ 100% ਦਊਂਗੀ। ਠੀਕ ਹੈ ਜੀ। ਫਿਰ ਮੈਂ ਇਹਨੂੰ ਰੈਫਰੈਂਸ ਦੱਸੇ ਕਿ ਤੁਸੀਂ ਇੱਕ ਪੁਰਾਣੀ ਫਿਲਮ ਵੀ ਆਈ ਹੋਈ ਆ ਉਹ ਦੇਖੋ ਆਪਾਂ। ਫਿਰ ਇਹਨਾਂ ਨੇ ਕਾਫੀ ਮਿਹਨਤ ਕੀਤੀ, ਅਤੇ ਜਰਨੈਲ ਭਾਅ ਜੀ ਦਾ ਕਰੈਕਟਰ ਆ ਇਹ ਵੀ ਸਿੱਧਾ ਭਾਅ ਜੀ ਕੋ ਹੀ ਗਏ ਕਿ ਸਾਨੂੰ ਪਤਾ ਸੀ ਕਿ ਮਤਲਬ ਹਾਂਜੀ ਜਿੱਦਾਂ ਦਾ ਕਿਰਦਾਰ ਹੈਗਾ ਵਾ ਅਤੇ ਉਹ ਭਾਅ ਜੀ ਕਰ ਸਕਦੇ ਆ। ਫਿਰ ਗੱਲ ਹੁੰਦੀ ਸੀ ਮਣੀ ਦੀ, ਜਿਹਦੇ ਨਾਲ ਰਜਨੀ ਦੀ ਮੈਰਿਜ ਹੁੰਦੀ ਆ, ਅਤੇ ਸਾਨੂੰ ਅਤੇ ਮੋਣੇ ਦਾ ਕਿਰਦਾਰ ਸੀ, ਅਤੇ ਕਿਉਂਕਿ ਮੈਂ ਪ੍ਰਦੀਪ ਬਾਈ ਨਾਲ ਪਹਿਲਾਂ ਵੀ ਬਹੁਤ ਕੰਮ ਕੀਤਾ ਹੈ ਜੀ, ਅਤੇ ਮੈਨੂੰ ਇਹ ਲੱਗਦਾ ਸੀ ਕਿ ਇਹ ਕਿਰਦਾਰ ਪ੍ਰਦੀਪ ਬਾਈ ਜੀ ਸੌਖਾ ਤਾਂ ਨਹੀਂ ਸੀਗਾ ਜੀ, ਮੇਨ ਐਕਟਰ ਮੈਂ ਟ੍ਰੇਨਡ ਐਕਟਰ ਨਹੀਂ ਹੈਗੀ ਤੇ ਸੋ ਈਜ਼ੀ ਨਹੀਂ ਸੀਗਾ, ਬਾਕੀ ਕਿਰਦਾਰਾਂ ਨਾਲ ਬਹੁਤ ਅਲੱਗ ਗਿਆ ਹੈ। ਮੈਂ ਯੂਜਲੀ ਬਹੁਤ ਲਾਊਡ ਕੈਰੈਕਟਰਸ ਪਲੇ ਕੀਤੇ, ਆਈ ਥਿੰਕ ਇੰਨਾ ਠਹਿਰਾਅ ਵਾਲਾ ਕੈਰੈਕਟਰ ਬਹੁਤ ਹਾਰਡ ਸੀ, ਬਟ ਅਗੈਨ ਆਈ ਥਿੰਕ ਇਹ ਮੈਂ ਕ੍ਰੈਡਿਟ ਅਮਰ ਤੇ ਬਲਜੀਤ ਸਰ ਨੂੰ ਦੇਣਾ ਚਾਹੂੰਗੀ, ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਸੀ ਮੈਂ ਤੇਜ਼ ਬਹੁਤ ਬੋਲਦੀ ਹਾਂ ਐਂਡ ਮੈਨੂੰ ਲੱਗਦਾ ਮੇਰੀ ਪੰਜਾਬੀ ਕਾਫੀ ਅਗਰੈਸਿਵ ਆ, ਸੋ ਜੇ ਤੁਸੀਂ ਦੇਖੋਗੇ ਵੀ ਆਈ ਥਿੰਕ ਵੋਇਸ ਕਾਫੀ ਚੇਂਜ ਕਰਨੀ ਪਈ, ਥੋੜੀ ਜਿਹੀ ਪਤਲੀ ਜਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਅਮਰ ਉਹਨਾਂ ਨੇ ਡੀਟੇਲ ਦੇ ਵਿੱਚ ਕੰਮ ਕੀਤਾ, ਸੋ ਇਹ ਸੱਚੀ ਮਿਹਨਤ ਤਾਂ ਬਹੁਤ ਲੱਗੀ ਬਟ ਕ੍ਰੈਡਿਟ ਮੈਂ ਸੱਚੀ ਡਾਇਰੈਕਸ਼ਨ ਟੀਮ ਨੂੰ ਦੇਣਾ ਚਾਹੂੰਗੀ ਜੀ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।